ਅਸਲਾਮੁਅਲੈਕੁਮ। ਲਓ ਜੀ, ਸਾਡੇ ਦਾਦੂ ਅੱਬਾ ਨੇ ਬਣਾਈ ਸੀ ਅਲਫਲਾ ਬਿਲਡਿੰਗ, ਤੇ ਸਾਡੇ ਬਾਬ ਨੇ ਬਣਾਈ ਇੰਨੀ ਕੁ ਜੀ ਬਿਲਡਿੰਗ ਵੈਬ ਡਾਲਿਆ ਲਈ, ਤੇ ਅਸੀਂ ਆਏ ਰਹੇ ਕਿਰਾਇਆ ਵਸੂਲ ਕਰਨ। ਓਏ ਕੀ ਪੈ ਤੱਕਦੇ ਹੋ, ਇਹ ਕੁਝ ਜਾਲੀ ਅਕਸ ਨਹੀਂ ਗਾ। ਆਓ ਜਾ ਰਹੇ ਹਾਂ। ਉਹ ਕਲੋ ਸਲੀ ਹੋਇਆ, ਜਿਹੜੇ ਅੱਗੇ ਬੈਠੇ ਨੇ ਬੜੇ ਡਾਡੇ ਨੇ, ਤੇ ਬਹੁਤ ਜੀ ਅਸੀਂ ਤੇ ਹੈਗੇ ਹਾਂ ਪਦੈਸ਼ੀ ਬੌਂਗੇ, ਤੇ ਕੋਈ ਬੌਂਗੀ ਵੱਜੇ ਤੇ ਮਾਫ ਕਰ ਦੇਣਾ। ਸਾਹਮਣ ਅੱਛਾ ਜੀ, ਲੈ ਵੀ ਸ਼ਾਇਦ ਜਾਨੀ ਐਂਕਰ ਕੇ ਤੂੰ ਕਰ ਜਾ,
ਮੈਂ ਬਜ਼ਾਤੇ ਖੁਦ ਤੁਹਾਨੂੰ ਫਰੂਟ ਪਹੁੰਚਾ ਜਾਂਦਾ। ਯਾਦ ਨਾਲ ਪਹੁੰਚਾ ਰਹੇ ਸ਼ੇਰ ਖਾਂ, ਕਿਉਂਕਿ ਅਸੀਂ ਪਿਕਨਿਕ ਤੇ ਵੀ ਜਾਣਾ ਹੈ। ਔਰ ਤੁਸੀਂ ਪਿਕਨਿਕ ਤੇ ਜਾਣਾ ਤੇ ਅਸੀਂ ਤੁਹਾਡੇ ਮਗਰੋਂ ਮਗਰ ਹੀ ਆਣਾ। ਲੈ ਵੀ ਸੰਨੀ ਭਲਵਾਨ, ਇਹ ਫਰੂਟ ਜਿਹੜਾ ਸ਼ਹਿਦਾ ਦੇ ਘਰ ਪਹੁੰਚਾਉਣਾ, ਐਂ ਕਰਕੇ ਬਿੱਲ ਦੇ ਦੇ। ਕਰੋੜਾਂ ਰੁਪਇਆ ਦਾ ਫਰੂਟ ਲਿਆਈਦਾ, ਅਸੀਂ ਮਾਲ ਦੇਈਦਾ, ਅਸੀਂ ਮਾਲ ਲੈ ਲਈਦਾ। ਆਹੋ ਬਏ ਆਹੋ, ਬੜੇ ਪੈਸੇ ਲੈਂਦੇ ਹੋ ਤੇ ਬੜੇ ਪੈਸੇ ਦਿੰਦੇ ਹੋ, ਪਰ ਇੱਧਰ ਵੀ ਬੜੀ ਸਰਦੀ ਪਈ। ਪਤੀ ਉਹਦਾ ਰਕਮ ਤੇ ਨਜ਼ਰ ਮਾਰ। ਭਲਵਾਨ ਜੀ, ਜ਼ਖਮੀ ਚ ਕੋਤਰਾ ਗਸ਼ ਖਾ ਗਿਆ ਜੇ। ਉਹ ਗਸ਼ ਨਹੀਂ ਖਾਣਾ ਸੀ ਤੇ ਹੋਰ ਗੋਲੀਆਂ ਖਾਣੀਆਂ ਸਨ। ਬੱਚੀ ਤੇ ਕਹਿ ਹੋਏ, ਅਸੀਂ ਤੇ ਤਲਕਾਤ ਵਧਾ ਕੇ ਵਖਤ ਪਾ ਲਿਆ। ਰਾਜਾ ਪਤੇ ਜਾ ਰਹੇ ਨੇ, ਡਾਕੂਮੈਂਟ ਕਿੱਥੋਂ ਆ ਗਈਆਂ, ਹੁਣੇ ਆ ਜਾਂਦੀਆਂ ਨੇ। ਸੱਲੀ ਉਹ ਚੋਰਾ ਕੇ ਕੱਲੀ ਤੁਸੀਂ ਜ਼ੀਰੋ ਹੀ ਹੈ। ਉਹ ਕਿਉਂ ਲਾਵੇ ਬੜਾ ਜ਼ੁਲਮ ਹੋਇਆ ਜੇ। ਉਹ ਮੇਰਾ ਮਤਲਬ ਤੁਹਾਡੀ ਭਰਜਾਈ। ਆਹੋ ਆਹੋ, ਬੜੀ ਨੇਕ ਸੀ ਵਿਚਾਰੀ। ਉਹਨੇ ਤੇ ਬੜਾ ਦਗਾ ਕੀਤਾ ਜੇ ਸਾਡੇ ਨਾਲ। ਉਹ ਪੁੱਛਰ ਜਾਣ ਕੇ ਸਾਡੇ ਹੱਥ ਫੜਾ ਗਈ ਜੇ। ਹਾਂਜੀ, ਅੱਜ ਤੇ ਉਹ ਮੰਗਤੀ ਚਾਰ ਲੈਤੀ, ਅਗਲੇ ਜਾਨ ਫੜਾੜ ਹੋ ਗਈ। ਜਰਾ ਗੌਰ ਕਰੋ, ਇਹ ਫੜੇ ਬੁਕਾੜੀ ਨਹੀਂ, ਬੁੱਢਾ ਹੋ ਗਿਆ ਲਾਵੇ, ਪਰ ਤੇਰੀ ਆਦਤ ਨਹੀਂ ਬਦਲੀ। ਬਦਲੇ ਉਹ ਬਦਲੇ ਤੇ ਲੈ ਰਿਹਾ ਜੇ ਤੁਹਾਡਾ, ਸਾਡੇ ਕੋਲੋਂ ਆਪਣਾ ਤੁਹਾਡਾ ਭਤੀਜਾ। ਅੱਛਾ, ਉਹ ਮੈਂ ਕਦੋਂ ਦੱਸ ਲਿਆ ਉਹਦੇ ਪਤਾ ਜੀ, ਬਾਬ ਦੇ ਪੁੱਤਰ ਨੇ ਕੀ ਕੀਤਾ? ਕੀ ਕੀਤਾ? ਉਹ ਬਾਦਲ ਸਾਹਿਬ ਨੂੰ ਹੱਥ ਤੇ ਲੈ ਗਿਆ ਤੇ ਪੈਰਾਂ ਤੇ ਬਿਠਾ ਲਿਆ। ਤੇ ਉਹ ਬਜ਼ੁਰਗ ਦੀਨ ਤੇ ਸਾਡੀ ਸੁਣਦੇ ਨੀ ਹੋਵੇ। ਉਹ 20 ਸਾਲ ਹੋ ਗਏ ਜੇ ਰੰਡਿਆ ਹੋਇਆ ਤੇ ਉਹਨਾਂ ਦੀ ਇੱਜ਼ਤ ਲੈ ਕੇ ਘਰ ਵਿੱਚ ਬੈਠਿਆ ਤੇ ਕਦੀ ਕਦਾਈ ਇਧਰੋਂ ਉਧਰੋਂ ਦਾਏ ਬਾਏ ਕੋ ਹਲਕੀ ਫੁਲਕੀ ਵਾਰਦਾਤ ਕਰ ਲਈਏ ਤੇ ਕੋਲ ਰਕਮਾਂ ਹੀ ਨਹੀਂ ਹੁੰਦੀਆਂ। ਹੁਣ ਤੁਸੀਂ ਦੱਸੋ ਕਿਹੜੀ ਬਦਨਸੀਬ ਬਾਦਲ ਸਾਡੇ ਵੱਲ ਤੱਕੇਗੀ? ਕਮਾਲੇ ਯਾਰ ਹੈਗੇ ਹੋ, ਦੁੱਖ ਦੀ ਗੱਲ ਕੀਤੀ ਹੈ ਤੇ ਗੰਦੀਆਂ ਵਿਖਾ ਦਿੱਤੀਆਂ ਜੇ। ਮੈਂ ਆਖਿਆ ਉਹਨੂੰ ਸੂਜੀ ਨੂੰ ਉਮੜੇ ਕੈਦ ਕਰ ਦਿਓ। ਕਿਉਂ? ਕੋਈ ਉਹ ਬਾਹਰ ਰਿਹਾ ਤੇ ਬਾਦਲ ਸਾਹਿਬ ਨੇ ਸਾਨੂੰ ਡੰਗਰੀ ਨਹੀਂ ਜੋ ਲਾਵੀ। ਕੋਈ ਉਸ ਮੰਕੀ ਚਾਰ ਲੈਬ ਦੇ ਪੁੱਤਰ ਨੂੰ ਫੜ ਕੇ ਤੇ ਅੰਦਰ ਦੇ ਦਿਓ। ਚੁੱਕੋ ਥਾਂ ਤੇ ਰੱਖ ਚਾਂਗੇ ਚ, ਅਸੀਂ ਤਾਂ ਆਗਾ ਸਾਹਿਬ ਦੀਆਂ ਰਕਮਾਂ ਤਾਰ ਦੇਈ। ਕਿੰਨੀ ਕੁ ਆਂਤਰ ਸੀਨੇ ਵਿੱਚ ਵੈਸੇ ਬਈ? ਜੋ ਜੋ ਤੁਮ ਨਿੱਥੇ ਸੇ ਕਬ ਮੰਗੇ ਮੇਰੇ ਪਾਸ, ਔਰ ਵੀ ਕੁਛ ਲੈਣਾ ਤਾਂ ਲੈ ਜਾਓ। ਆਪਸ ਦੀ ਗੱਲ ਖਾਲਸ ਨਹੀਂ ਲੱਗਾ ਵੈਸੇ ਬਈ। ਤਾਂ ਟੀਮ ਕਿਉਂ ਹੈ? ਸਿਰਫ 21 ਵਜਾ ਖਾਨ ਸਾਹਿਬ, 1 ਵਜਾ ਭਈਆ ਅੱਲਾ ਤੇਰਾ ਸ਼ੁਕਰ ਹੈ 21 ਵਜੇ। ਜੇ ਮੈਂ 1 ਘੰਟਾ ਪਹਿਲੇ ਪੁੱਜ ਲਿਆ ਨਾ ਤੇ ਪੂਰਾ ਬਾਰਾ ਮੇਰੇ ਮੂੰਹ ਤੇ ਵੱਜਦਾ। ਸੁੱਚਲ ਦੋ ਕੋਰਾ ਬੋਸ ਕੀ ਤੇ ਦੋ ਥਾਂ ਦਿੱਤਾ ਜੀ ਤੈਨੂੰ, ਦੋਵਾਂ ਵਿੱਚੋਂ 100 ਦਾ ਪਾਪਾ ਕਤੋਂ ਚ ਕਰ ਤੇ ਬਾਕੀ ਰਕੂਮਾਂ ਇੱਧਰ ਵਾ। ਲਓ ਭਲਵਾਨ ਜੀ ਰਕਮਾਂ, ਸਾਨੂੰ ਤੁਹਾਡੇ ਬਗਲਾ ਨੇ ਬਟੂਏ ਦੇ ਵੀ ਪਤਾ ਹੈਗਾ। ਉਹ ਸਿੱਧਰ ਕਹਾਂ, ਉਹ ਫਾਰਾ ਰਕਮ ਤਾਂ ਪਾ ਸਾਡੇ ਬੋਝੇ ਚ। ਉਹ ਖੁਸ਼ੂ ਜੀ ਇੱਧਰ ਆ,
ਹਾਥੀ ਖੋਲਿਆ ਨੇ, ਸਟੇਨ ਗਨ ਨਹੀਂ ਖੋਲੀ। ਚਾਚੇ ਲਾਵੇ ਅਸੀਂ ਲੁੱਟੇ ਗਏ ਮੁੰਡਾ ਤੇਰਾ ਆਉਂਦਾ 30,000 ਦੇ ਉੱਤਰ ਕੇਲੇ ਖਾ ਗਿਆ, ਚੰਗੀ ਗੱਲ ਨੀ ਸੀ। ਅਸੀਂ ਬਰਬਾਦ ਹੋ ਗਿਆ ਚਾਚਾ ਬਨੇਰ ਖਾਨੇ, ਤੇਰਾ ਪੁੱਤਰ ਆਇਆ 50,000 ਕੱਤੇ ਕਤਾਲ ਲੈ ਗਏ। ਉਹ ਕੀ ਰੌਲਾ ਪਾਇਓ ਦੇਸੀ ਪਠਾਨ, ਓਏ ਮਸ਼ਵਰਾ ਸੁਣੋ। ਸੁਣੋ, ਉਹ ਕੋਈ ਹਥਿਆਰ ਹੈਗਾ ਜੀ? ਐਂ ਕਰਕੇ ਇੱਕ ਬਗਾਨਾ ਕਾਜੂ ਹੈਗਾ ਮੇਰੇ ਕੋਲ, ਉਹ ਤੇ ਫਿਰ ਖੋਲ ਨੂੰ। ਉਹ ਤੇਰੇ ਕੋਲ ਹੋਏ ਸਖਨਾ ਲੰਦੀ ਕੋਲ ਹਮਾਰੇ ਪਾਸ ਦਸ ਹੈ। ਉਹ ਤੇ ਰਾਫਰ ਮੇਰੇ ਸੀਨੇ ਚ ਤਾਂ ਫਿਰ ਇੱਕ ਟਾਟ ਮੇਰੋ ਫਿਰ ਤੇ ਕੋ ਤੁਹਾਡੇ ਰਕਮਾਂ ਕਸਰਤ ਆਤੀਆਂ ਨੇ, ਪਰ ਮੈਂ ਆਖਿਆ ਉਹ ਸਾਡੀ ਕਮਿਸ਼ਨ ਦਾ ਖਿਆਲ ਰੱਖਣਾ। ਥਾਣੇ ਜਾ ਕੇ ਉੱਥੋਂ ਪੁਲਿਸ ਲੈ ਕੇ ਆਹਨਾਂ ਨੂੰ ਕਹੋ ਦੋ ਡਾਕੂ ਫੜੇ ਨੇ, ਉਹਨਾਂ ਨੂੰ ਆ ਕੇ ਗ੍ਰਿਫਤਾਰ ਕਰ ਲਓ। ਬਾਬਾ ਜੀ ਡਾਕੂ ਮਾਕੂ ਨਹੀਂ, ਅਸੀਂ ਤਾਂ ਮੇਰਾ ਤਮਾਕੂ ਆ, ਬਿਜ਼ਨਸ ਮੈਨੇ ਦੁਆ ਨੇ ਅਮਰ। ਮੈਨੂੰ ਤਾਂ ਚਾਚੇ ਲਾਵੇ ਲੱਗਿਆ ਸੀ ਕਿ ਮੇਰੇ ਸੀਨੇ ਤੇ ਕਾਜੂ ਤੇ ਪਿਸਤੌਲ ਰੱਖ ਕੇ ਤੁਹਾਡੀਆਂ ਰਕਮਾਂ ਤੜ ਜਾਣਗੀਆਂ, ਤੇ ਹੁਣ ਤੁਸੀਂ ਹੋਰ ਸਟੋਰੀ ਬਣਾਉਣ ਤੇ ਹੋ। ਕਿਉਂ ਲਾਵੇ? ਓਏ ਅੰਪਰ ਬਦਨਾਮੀ ਕਰ, ਮੈਂ ਆਪਣਾ ਦੱਸ ਪਾਇਆ ਹੋਇਆ ਉਹ ਚਾਚੇ ਅਮਰ ਸੱਚੇ ਕਰਦੇ ਹੋਏ। ਉਹ ਤੂੰ ਵੀ ਚੁੱਪ ਕਰ, ਇੱਕ ਪਿਸਤੌਲ ਦਿਖਾਤਾ ਉੱਪਰ ਫਿਰ ਚੱਕਰ ਚਲਾ ਪਿਆ, ਔਰ ਜਾਜੀ ਅਸਾ ਤੂੰ ਮਹਾਂ ਕਿੰਗ ਹੈ ਬਾਦਸ਼ਾਹ ਹੈ। ਬਾਬਾ ਬੜਾ ਮੱਕਾਰ ਆਦਮੀ ਹੈ ਵੀ ਚਾਚੇ ਲਾਵੇ, ਓਏ ਹਾਈ ਕਰਕੇ ਹਾਈ ਕਰਕੇ ਸਾਡੇ ਨਾਲ ਰਕਮਾਂ ਤੜਨ ਦੀ ਕਮਿਸ਼ਨ ਦਿੱਤਾ, ਸਾਨੂੰ ਵੀ ਅੰਦਰ ਕਰਾਉਂਦੇ। ਵਾਲੂ ਸਾਹਿਬ, ਵਾਲੂ ਸਾਹਿਬ, ਇਨਕੀ ਬਾਤ ਹੋਵੇ ਨਾ ਆਵਾ, ਔਰ ਇਨਕੋ ਅੰਦਰ ਕਰਾ ਦੋ। ਚੱਲ 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 ਨਾ, ਬਾਬਾ ਤਾਂ ਬਹੁਤ ਗਰਮ ਹੈ। ਓਏ ਬਾਬਾ ਗਰਮ ਹੈ, ਚਲੋ ਬਾਬੇ ਦੀਆਂ ਗੋਲੀਆਂ ਵੀ ਭਰ, ਚਲੋ ਬਾਬੇ ਦੀਆਂ ਗੋਲੀਆਂ ਵੀ ਗਰਮ। ਉਹ ਪਰ ਬਾਦਲ ਸਾਹਿਬ ਕਿਆ ਕਰਦਾ ਹੈ, ਬੜਾ ਖਤਰਨਾਕ ਗੁੰਡਾ ਤੇ ਮਫਰੂੜ ਹੈ ਇਹ। ਓਏ ਲਾਵੇ, ਮੈਂ ਜਾਣਨਾ ਕੌਣ ਖਤਰਨਾਕ ਹੈ ਤੇ ਕੌਣ ਗੁੰਡਾ, ਵੱਡਾ ਹੋ ਗਿਆ ਪਰ ਚੱਕਰ ਚਲਾਉਣ ਤੋਂ ਹਾਲੀ ਵੀ ਬਾਜ਼ ਨਹੀਂ। ਉਹ ਪਰ ਕੀ ਕਰੀਏ ਬਾਦਲ ਸਾਹਿਬ, ਤੁਸੀਂ ਵੀ ਤਾਂ ਨਿੜੀਆਂ ਤਰੀਆਂ ਹੀ ਲਾਂਦ ਰਹਿੰਦੇ ਹੋ ਨਾ, ਸਾਨੂੰ ਕੁਛ ਨਹੀਂ ਲਾਉਂਦੇ। ਮੈਂ ਆਖਿਆ ਜਦੋਂ ਦੇ ਰੰਡੇ ਹੋਏ ਆ ਉਹ ਤੁਹਾਡੀ ਇੱਜ਼ਤ ਲੈ ਕੇ ਘਰ ਵਿੱਚ ਬੈਠੇ ਹੋਏ, ਸਹੀ ਕਰੋ ਹੁਣ। ਉਹ ਕਿਸੇ ਦੀ ਧੀ ਭੈਣ ਨੂੰ ਅੱਜ ਤੱਕ ਹੱਥ ਕੀ ਅੱਖ ਵੀ ਮਾੜੀ ਹੋਵੇ। ਲਾਵੇ, ਹੁਣ ਤੇ ਤੇਰਾ ਪੁੱਤਰ ਜਵਾਨ ਹੋ ਗਿਆ, ਤੇਰੀ ਜੁੱਤੀ ਉਹਦੇ ਪੈਰ ਹੀ ਚਾਉਣ ਲੱਗ ਪਈ, ਹੁਣ ਤੇ ਕੋਈ ਸ਼ਰਮ ਕਰ ਜਾ। ਉਹਨੇ ਜੀ ਸ਼ਰਮੋ ਹਜ਼ਾਰ ਹੀ ਅਸੀਂ ਕਰਦੇ ਲਈਏ, ਤੁਸੀਂ ਕੁਝ ਨਾ ਕਰਨਾ, ਨਿੜੀ ਖਿਆਤ ਹੀ ਕਰਦੇ ਜਾਣਾ। ਮੈਂ ਕਿ ਜੀ ਇਹਦੀ ਖਿਆਤ ਤਾਂ ਸ਼ੌਕ ਹੈਗਾ ਜੇ, ਤੇ ਮੈਨੂੰ ਵੀ ਮੈਂ ਕਿਹਾ ਕਿਸੇ ਬੁੱਢੀ ਬੇਵਾ ਤੇ ਘਰ ਖਿਆਤ ਕਰ ਦਿਓ। ਮੈਂ ਤੇਰੇ ਜੇ ਵਾਹ ਯਾਤ ਨਾਲ ਗੱਲ ਨਹੀਂ ਕਰਨੀ ਚਾਹੁੰਦਾ। ਉਹ ਜੇ ਵਾਹ ਯਾਤ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਤਾਂ ਕਿਸੇ ਸਿਕੰਦਰ ਯਾਤ ਨਾਲ ਕਰ ਲਓ। ਸਦਕੇ ਜਾਵਾਂ, ਐਂ ਕਰਕੇ ਐਂ ਕਰਕੇ ਇੱਧਰ ਪਾਸਾ ਲੈ। ਸ਼ੇਖਾ ਤੂੰ ਨਿਸ਼ਾਦਾ ਵੈਸੇ ਕੋਈ ਚੰਗੀ ਗੱਲ ਨਹੀਂ ਹੈਗੀ, ਅਸੀਂ ਇੰਨਾ ਫਰੂਟ ਲਿਆਈਦਾ ਹੈਗਾ ਚਿਹਰੇ ਤੇਰੇ ਤੇ ਰੌਣਕ ਸਾਨੂੰ ਕੋਈ ਨਜ਼ਰ ਨਹੀਂ ਆਉਂਦੀ। ਮੇਰੇ ਖਿਆਲ ਇਹ ਹੈ ਕਿ ਸਾਰਾ ਫਰੂਟ ਬੁੱਢੀ ਬੱਕਰੀ ਖਿੱਚ ਜਾਂਦੀ। ਮੇਰੀ ਮਾਂ ਨੂੰ ਬੁੱਢੀ ਬੱਕਰੀ ਕਿਵੇਂ? ਉੱਥੇ ਹੋਰ ਮੈਂ ਗਲਤ ਕਹਿਣ ਡਿਆ, ਲੇਕਿਨ ਉਹਦੀ ਕੋਈ ਉਮਰ ਨਹੀਂ ਹੈਗੀ ਕਿ ਉਹ ਸਾਡੇ ਵਰਗੇ ਚੂਚੀਆਂ ਔਰ ਭਟੋਰਿਆਂ ਨਾਲ ਖੇਡਦੀ ਫਿਰੇ। ਮੇਰੀ ਸਲਾਹ ਮੰਨ, ਇਹ ਸਾਰਾ ਫਰੂਟ ਆਪ ਹੀ ਖਾਇਆ ਕਰ, ਉਹਨੂੰ ਭੱਠਿਆਂ ਤੇ ਲਾ ਦੇ। ਮਰ ਗਿਆ ਤੇਰੇ ਘਰ ਕੇ ਅੰਦਰ ਲੈ ਕੇ ਆਤੇ ਹੈ। ਅੱਛਾ, ਤੋ ਤੁਮ ਬਾਹਰ ਕੇ ਬੀਜ ਮੰਗਵਾਤਾ ਹੈ?
تو میں اینکر کے ابھی پولیس کو بلواتا اور تم کو اندر کراتا. تم میرا غیر موجودگی میں ادھر کیا کرتے ہیں تنقید کا بچہ؟ جی ابا جی. بیٹا جی تم کے پاس کیوں آیا ہوا ہے؟ تمہارے سسٹر نے فروٹ منگایا. میرا فروٹ پاس ہے تمہارا پیس فیل. شکایت کرنے آیا کہ وہ پنے خان کا بیٹا سر دونوں کو لوٹ کے لے گئے. جتنے میرے کو ٹورے آدھے ہو شاید بولو وکالت کرانی سی کہ چور دیا پتو. گل یہ ہے باجی معاہدہ کہ پنے خانہ تیرے کو آن جا رہے سانو تیری سفارش کی لوڑ. ٹھیک ہے پر میں بھی سفارت مفت نہیں کرتی ہوں گی. تم بھی رشوت خور ہو گئے. کوئی بات نہیں تم ہم سے 50 روپے لو وہ خنزیر کا بچہ ہمارے پاس کا یہ دان کما دیں گے. سالیا نے کیا رقم کے چکر دینے لا وا یہ تو دونوں تیرے پت کو لٹ پٹ گئے ہیں. ڈٹے پٹے گئے تو تھانے جا اور ایسے کی ایف آئی آر دکھا رہے ہیں. اور چکر دیو تو سانوں وارڈ صاحب کے سامنے بڑا دیجو خواب کیتا ہے پرداتی اسی اپنے پتر بینڈو لائے لے کہ 3.5 مہینے منجی تو نہیں اٹھے گا. جی اصلی ہوگا جی چاچا جی میرا جالی اکثر ہے اینکر کے تھی اپنے پتر نو پیٹی لا کے بھی سکتے ہو. کیوں کس طرح دس سکتے ہیں؟ ہاں چلا کس طرح اکڑوائن اچھا اکڑوائن بکری ایسا جی حملہ کرن جی ساری مقام محبت ہے. اور کیوں بھائی بگو گوشی ہے کوئی چاچی اس عمر میں یہ کیا کرتے لوچے لوچے. اور سکھنا گھنٹی کوتال ساڈے اتو گیا نہیں اور چاچا بے ہوش ہے. اور تو کہنا سلی 3 مہینے منجی تو نہیں اٹھے گا. وہ اپنے یار دی جنج نال گئی تے ہن دس اے جالی اکس گئی کہ نہیں. بلو سنیا نہیں پر سمجھ گیا منسیا چار فریادی کدھر آ رہی ہیں. ٹردیا کس طرح نے جی گلے ویری چکر ترتا ہے. ہائے گریب گربا کا گانا نہیں سننا. ابھی شریف کا مجرا کرا جی گانا تو سن لے سونی جوانی والیا کی تیرا منہ ہے جی عربی چلی ہوں. سانو جتا کرنی منگتی ہے چار بنے آتی ہے. اور جی اسی ایک شیر بولیا نا تو تیرے ابے کو بھی جواب کار نہیں دتا جانا. ہلا تو پھر سنا شیر. اور تو پھر سن شیر. دال اور دال کی گل ہے تینوں کار والے نے گوشت روٹی نہیں کھوائی دال تے لگی. اور شیر ہے پاگل خانی ہے سن. دال دل برا دل دے نال مل جا جی رانجے نو ملی جتی ہیر کیوں کیسے. اور ان تو بھی کوئی دال والا شیر سنا مالیے. گو وینٹ گون چلو چلو پھٹا کھا پھٹا جیس جیس بردی
ਮੈਨੂੰ ਦਲਾਲ ਪਿਆ ਕਹਿਣਾ ਬੱਚੂ ਮੈਂ ਤੇਰੇ ਸਿਰ ਤੇ ਨੋਟ ਤਰ ਕੇ ਦਿਆ ਔਰ ਤੂੰ ਸਾਡੇ ਸਿਰ ਤੇ ਨੋਟ ਕੇ ਦੇਗਾ ਉਹ ਤੂੰ ਸਾਨੂੰ ਕਜਰੀ ਬਣਾ ਦੇ ਤੇਰੇ ਖਾਨਦਾਨ ਨੂੰ ਕਹਿਣਾ ਤੇਰੇ ਮਜ਼ੇਦਾਰਾਂ ਨੂੰ ਕਹਿਣਾ ਤੇਰੇ ਹੋਰ ਪਿਛਲੇ ਨੂੰ ਕਹਿਣਾ ਤੇ ਫਿਰ ਪਹਿਲੇ ਸਿਰ ਤੇ ਤੁਹਾਡੇ ਆਉਣਗੇ ਲੈ ਬੋਲੋ ਤੇ ਫਿਰ ਇਹਦੇ ਸਿਰ ਤੇ ਨੋਟ ਰੱਖ ਕੇ ਵਾਪ ਤੇ ਫਿਰ ਲੈ ਮਨੇ ਸੱਲੀ ਨੇ ਧਰਮ ਦੇ ਸਾਹਮਣੇ ਸਾਨੂੰ ਦਲੀਲ ਕਰਕੇ ਰੰਗਬਾਜ਼ੀ ਕੀਤੀ ਹੈ ਸੱਲੀ ਬੜੀ ਹੋ ਗਈ ਹੈ ਡੋਂਟ ਵਰੀ ਵਰੀ ਡੋਂਟ ਇਸ ਚਿਰਕਟੇ ਨੂੰ ਉਸ ਚੌਂਕ ਚ ਵੀ ਪਾਣੀ ਪਿਆ ਪਿਆ ਕੇ ਮਾਰਾਂਗੇ ਨਾ ਬਾਬਾ ਸਾਨੂੰ ਤੇ ਡਰ ਲੱਗਦਾ ਸਾਨੂੰ ਸਾਡੇ ਘਰ ਪਹੁੰਚਾ ਓਏ ਕਿਹੜੀ ਗੱਲ ਹੈ ਬਸ ਇਸੀ ਟਾਂਗਾ ਖਰੋਤਾ ਹੈ ਵੈਸੇ ਗੱਲ ਦੱਸੇ ਇਹ ਮੰਕੀਆਂ ਵੀ ਤੇਰੇ ਨਾਲ ਜਾਣਗੀਆਂ ਇਹ ਨਹੀਂ ਹੋ ਸਕਦਾ ਕਿ ਅਸੀਂ ਚੱਲੀਏ ਦੂਬਦੂ ਰੂਬਰੂ ਜੀ ਨਹੀਂ ਇੱਥੇ ਨਹੀਂ ਰਹਿਣਗੇ ਸਾਡੇ ਨਾਲ ਹੀ ਚੱਲਣਗੀਆਂ ਹੋ ਤਾਂ ਫਿਰ ਚੱਲੋ ਚਾਰ ਵਾਲਿਆਂ ਨੂੰ ਉਹ ਜੀ ਪੈਸੇ ਨੇ ਤੇਰੇ ਤੂੰ ਫਿਕਰ ਨਾ ਕਰ ਤੇਰਾ ਕਿਰਾਇਆ ਨੀ ਮਰਦਾ ਕਿ ਤੇਰੇ ਦੱਸ ਦੱਸਾਂ ਦੱਸ ਹੁਣ ਗਾਹੋ ਮੰਗਤਿਆ ਚਾਰ ਵਾਲਿਆਂ ਅਸੀਂ ਤੈਨੂੰ ਕੋਚੀ ਮਾਨ ਲੱਗਦੇ ਉਹ ਪਾਗਲ ਖਾਨੇ ਅਸੀਂ ਤਾਂ ਗਰੀਬ ਗੁਰਬਾਂ ਤੇ ਮਿਹਰਬਾਨ ਹੋ ਕੇ ਇੱਥੇ ਆਏ ਹੈਗੇ ਆ ਤੈਨੂੰ ਮੈਂ ਕਿਉਂ ਰੋਕ ਕੇ ਸਮੁੰਦਰੀ ਕਜ਼ਾਕ ਕਾਲੀ ਜ਼ਮਾਨਤ ਤੇ ਬਾਹਰ ਆਏ ਹੋਏ ਪਹਿਲੇ ਹੀ ਤਿੰਨ ਕਤਲ ਪਏ ਹੋਏ ਨੇ ਸਾਡੇ ਸਿਰ ਤੇ ਚੌਥਾ ਕਰ ਕੇ ਤੇ ਜ਼ਮਾਨਤ ਕੈਂਸਲ ਨਹੀਂ ਕਰਾਣੀ ਅਲੇ ਫਰ ਬੋਲੋ ਅਲੇ ਚਾਰ ਪੰਜਾਬ ਦਾ ਸ਼ੁਕਰ ਨੀ ਕਰਦਾ ਕਿ ਮੈਂ ਇਹਨੂੰ ਨੀ ਠੱਲਿਆ ਕਰ ਦਿੱਤਾ ਜਾਵੇ ਮੇਰੇ ਮੌਲਾ ਉਹ ਸਾਡੀ ਬਾਬਾ ਸਾਹਿਬਾਂ ਨੂੰ ਤੇ ਗੁਜ਼ਰੇ ਕਰਸਾ ਤਰਾਜ਼ ਹੋ ਗਏ ਇਸ ਡੇਰੇ ਚ ਕਿਧਰੇ ਉਹਨਾਂ ਦੀ ਰਦੀ ਆ ਗਈ ਉਹ ਖਲੋ ਸਲੀ ਆ ਵੀ ਸਕਦੀ ਆਪਸ ਦੀ ਗੱਲ ਹੈ ਬੋਲੀ ਵਾਲਦਾ ਸਾਹਿਬਾ ਵੀ ਤੇ ਸਾਡੀ ਜਾਤ ਤੇ ਮੰਗਦੇ ਹੀ ਹੈਗੇ ਸਨ ਘੁੱਗੂ ਘੋੜੇ ਵੈਸੇ ਕਿਉਂ ਵਾਲਦਾ ਉਹ ਪਰ ਮੈਂ ਨਹੀਂ ਗਾ ਤੇਰੇ ਨਾਲ ਦਾ ਸੱਚ ਕੀ ਬੇਟੇ ਜੀ ਦੀਵੇ ਤੇ ਸੂਰਜ ਦਾ ਕੀ ਮੇਲ ਹੋਈ ਨਹੀਂ ਸਕਦ ਤੁਸੀਂ ਮਹਿਲਾਂ ਚ ਰਹਿਣ ਵਾਲੇ ਅਸੀਂ ਕੱਚੇ ਕੋਠਿਆਂ ਵਿੱਚ ਅਰਜ਼ ਸਿਰਫ ਇੰਨੀ ਕੁ ਕਰਨੀ ਸੀ ਜੇ ਸਾਡੇ ਤੇ ਕਰਮ ਕਰਕੇ ਇੱਥੇ ਤੀ ਗਾ ਹੀ ਗਏ ਵੋ ਤੇ ਸਾਡੀ ਖੁਸ਼ੀ ਵਾਸਤੇ ਸਰਾਈ ਦਾ ਪਿਆਲਾ ਤੀਵੀ ਦਾ ਕੀ ਕਰਨੀ ਹੈ ਇੰਝ ਕੁਸਲੀ ਕਿੱਟਰ ਹੈ
ਅਸੀਂ ਤੈਨੂੰ ਲੁੱਟ ਨਾ ਲਈਏ। ਉਹ ਜੇ ਗੱਲ ਦੇ ਤੇ ਪੀ ਮਾਰ ਲੈਨੇ ਚਾਹ ਵੀ ਚਲਦੀ ਏ। ਤੂੰ ਇਹਨਾਂ ਨੂੰ ਲੈ ਕੇ ਆਉਂਦਾ ਚਾਹ, ਮੈਂ ਚਾਹ ਲੈ ਕੇ ਆਉਂਦੀ ਹਾਂ। ਚਾਹ ਬਸ ਜਿਹੜਾ ਰਿਸ਼ਤਾ ਅੰਕਲ ਸਾਡੇ ਨਾਲ ਤੋੜ ਰਹੇ ਨੇ ਉਹ ਅੱਜ ਅਸੀਂ ਫੇਰ ਜੋੜ ਰਹੇ। ਤੁਸੀਂ ਲੋਫਰ ਦੇ ਹੁੰਦੇ ਹੋ ਤੇ ਕਾਰੀ ਸ਼ਰੀਫ ਇਨਸਾਨ ਦਾ ਤੁਹਾਡਾ ਸਾਡਾ ਰਿਸ਼ਤਾ ਕਿਉਂ ਮਤ ਨਹੀਂ ਹੋ? ਇਹ ਰਿਸ਼ਤਾ ਅਸੀਂ ਅੱਜ ਹੀ ਜੋੜ ਕੇ ਜਾਵਾਂਗੇ ਸਵੀਨਾ। ਮਿਸਲੇ ਤੇਰਾ ਰਿਸ਼ਤਾ ਮੈਂ ਆਪਣੇ ਵਾਸਤੇ ਲੈਣਾ। ਆਪਣੀ ਬੇਲਾਮਾਨ ਨੂੰ ਬੰਦ ਕਰ। ਹੁਣ ਜ਼ਿਆਦਾ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤੈਨੂੰ ਗੋਲੀ ਮਾਰ ਦਿਆਂਗਾ। ਗੋਲੀ ਮਾਰਨ ਦਾ ਮੌਕਾ ਹੈ ਅੰਕਲ, ਇਹ ਕੰਮ ਵੀ ਅਸੀਂ ਆਪ ਹੀ ਕਰਾਂਗੇ। ਅਸੀਂ ਤੈਨੂੰ ਵਾਰਨਿੰਗ ਦਿੰਦੇ ਹਾਂ ਕਿ ਸਮੀਨਾ ਦਾ ਰਿਸ਼ਤਾ ਕਿਸੇ ਹੋਰ ਜਗ੍ਹਾ ਨਾ ਕਰੀ, ਨਹੀਂ ਤਾਂ ਪਛਤਾਏ। ਸਲੀਲ ਕਮੀਨਾ, ਤੁਸੀਂ ਮੈਨੂੰ ਤੜੀ ਲੈਂਦੇ ਹੋ? ਤੜੀ ਨਹੀਂ, ਸਿਰਫ ਚਾਚਾ ਹੁੰਦਾ ਹੱਕ ਦਾ। ਦਾਦੇ ਹੁਣ ਆਪਣਾ ਹੱਕ ਖੋ ਲੈਣੇ ਚੱਲ ਪਵੇ ਵਾਲੇ। ਗ੍ਰਿਫਤਾਰ ਹੋਣ ਤੇ ਮੈਂ ਚੰਗਾ ਜੀ ਤੇ ਚਾਰ ਦੀ ਫੇਰ ਆਈ ਆਰਾਮ ਨਾਲ ਪੰਜ ਹੈ, ਛੇ ਹੈ, ਸੱਤ ਤਿਆਂ ਚੁੱਕਣੇ ਵੀ ਅੱਠ। ਲਓ ਜੀ ਭਰਵਾਨ ਜੀ, ਤਾਂਬਾ ਤੇ ਢਲ ਗਿਆ ਜੇ, ਹੁਣ ਚਾਂਦੀ ਹੈ ਲੋ ਜਾਓ। ਮੈਂ ਕਿਹਾ ਸਲਾਉਦੀਨ ਪਹਿਲਵਾਨ, ਮੈਨੂੰ ਸਿਰਫ ਤੇਰਾ ਮੂੰਹ ਮਾਰਦਾ ਹੀ, ਐ ਕਿਲ ਕਿਲ ਨੂੰ ਬੰਦ ਕਰਕੇ ਰੱਖ। ਚੁੱਪ ਚੁੱਪ ਅੱਲੀ ਜੀ, ਪੱਤੇ ਨਹੀਂ ਚੁੱਕੇ ਇੱਕ ਪੰਜ ਕੀ ਸੌ ਦੀ ਬਣਾਈ। ਹਾਏ ਤੇਰੇ ਸ਼ੱਕਰੀ ਜਾਵਾਂ, ਤੇਰੀ ਪੰਜ ਪੱਤੀ ਬੱਲੇ ਪਤਾ ਲੱਗਦਾ ਨਾ ਹੁਣ। ਉਹ ਤੂੰ ਤਾਂ ਪਰੇ ਹੋ, ਤੂੰ ਕੀ ਦਾਸੀ ਲਾ ਰਿਹਾ, ਦੋਸਤ ਸਾਰੇ ਆਪ ਦੇ ਖਰਕੋ ਹੈ, ਸਾਨੂੰ ਵੀ ਖਰਕ ਨਹੀਂ। ਲੈ ਵੀ ਚਾਂਦੀ ਆ ਗਿਆ, ਜੇ ਤੀਸਰਾ ਬਣ ਗਿਆ ਤੇ ਤੈਨੂੰ ਛੱਡ ਕੇ ਆਊਗਾ ਮੱਕੇ ਪਾਰ ਜਿੱਥੇ ਉਧਾਰ ਹੀ ਉਧਾਰ। ਉੱਥੀ ਤੇ ਕਹਿ ਉਸਤਾਦ ਜੀ, ਉਹ ਵਾਹ ਪੂਰੇ ਥਾਨ ਦੀ ਵਾਹ। ਉਹ ਥਾਨ ਸਮਝ ਲੈ, ਨਹੀਂ ਪੂਰੇ ਹਜ਼ਾਰ ਨੂੰ ਕਹਿੰਦੇ ਨੇ ਇੱਕ ਥਾਨ ਮੰਗਤਿਆ ਚਾਰ ਪੰਜਾਬ ਦਿਆ। ਹਜ਼ਾਰ ਹਜ਼ਾਰ ਇਹ ਹੈ ਚੁੱਕੇ ਜੇ ਪੱਤੇ ਦੇ ਹਾਂ ਕ੍ਰਿਕਟ ਸੁਬਾਨ। ਇੱਕ ਦੋ ਹਜ਼ਾਰ ਦੀ ਸੁੱਟ ਸਾਂ ਮੈਂ ਕਿਹਾ ਚਾਂਦੀ ਵਾਲੇ, ਇਹ 2000 ਫਿਰ ਤੇਰੇ ਨਾਲ ਹੀ ਆਈ। ਪੰਜ ਦੀ ਪਾਵਾਂਗਾ, ਸ਼ਿਕਾਰ ਕੀ ਆਸੀ ਬੰਬ ਫੜੇ ਪੰਜ ਦੀ ਪਾਵਾਂਗਾ। ਔਰ ਸਿੱਧਕ ਹੈ ਉਸਤਾਦ, ਪਾ ਦੋ ਥਾਂ ਖੋਲੋ ਖੁੱਲ ਜਾ ਗਿਰਗਟ ਰੱਚੋ ਮਹਾਂ ਜਿਗਰ ਤੇਰੇ ਸਦਕੇ ਦੋ ਬੇਗ ਮਾਰ। ਖਲੋ ਜਾ ਖਲੋ ਜਾ, ਕੀ ਰਹੀਏ ਦੋ ਬੇਗ ਮਾਰ ਦੇ ਗਿਣੋ ਕੀ ਤੇ ਅੱਧ ਤੱਕ ਇਹਨਾਂ ਦੇ ਗਿਣ ਦੋ ਖਸਮਾਤ ਤੇ ਇਹ ਪੰਜੂਰਾਮ ਇਹਨੂੰ ਘਰ ਲੈ ਜਾ 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 ਬਲੀ, ਤੂੰ ਪੱਤੇ ਲਾ ਲੈ। ਉਹ ਤੂੰ ਸਾਡੇ ਨਾਲ ਕਰਨਾ ਚਾਹੁੰਦਾ? ਉਹ ਜਾ ਸਿੱਧੇ ਕਹਿ, ਉਹ ਜਾ ਜਾ ਕਰ ਦਾਂਗੇ ਤਾਂ ਸਾਡਾ ਮੌਸਮ ਲੈ ਕਰ ਦੇਖੋ ਜਦੋਂ ਜਾਂਦੇ ਬਲਵਾਨ ਬਦਮਾਸ਼ ਹੈ ਚਾਂਦੀ ਵਾਲੇ ਟੈਕ ਤੋੜ ਦੇ ਟੈਕ। ਉਹ ਖਲੋ ਤੇ ਸਹੀ,
बदमाश मिले तो कह दी जाके गरीबा मस्कीना गला हाथ जोड़ के मंगे चार फेरे आवे चार फेरे जावे खैर खराब कर देंगे सखिया की औलाद क्योंकि चंगे वाले मेरा नाम शिकाय कालू भलवान कालू भलवान इन किस हाथ मारे तू सुन के भी टैक्स नहीं दिता ओनू याद नहीं रहा असा अपनिया मोहर लाइया ने ओदे पिंडे ते भलवान जी चांदी ने इनकार नहीं सी कीता और डेर ते एक नवा बदमाश लावे वाला सी ओने आख्या फकीर होंगे मंगेगा ते खैर पावांगा जे तगड़ा मंगेगा ते मार देंगा मार एक दुश्मन नु जेल विच लपड़ाया दूजा दुश्मन जेलों पार पैदा हो गया तबले बंदे ते तांगा साफ करके खिला दे गुरु अच्छा भगवान जी मंगती मां दे उछड़े हम तेन नहीं छड़ांगा बैठक तो नोटा की सफाई मचा के आ गया जी अगर ओके का सखबार तो करो हाँ हाँ अच मैं भी उनका इंतजार कर रहा आओ मेरे नाम मोहम्मद रसूल देते शिलाउद्दीन लाले गौर न देख चुआड़िए घर आके वजू कर दे होंगे बादल साहब बड़ा लिफ्ता है गाजे और इन पूछो रात एक बजे कड़ी नमाज पढ़ी जाती है और अपना पाक की कसमें जादी अखबार आ दे बेटे सलाहुद्दीन इस वेले कड़ी नमाज पढ़ रहे हो नमाज का वक्त नहीं है दादा बू खैर खराब करके आए गए हैं सोचो दो चार नफल चुकड़ाने तो पा लीए हुक्म करो जे इस घर च खुदा का नाम ही लेना चाहिए तो नहीं लेंगे वैसे ओ तौबा 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 नहीं बेटे पढ़ो जरूर पढ़ो बादल साहब गल सुनो ये तुहाडे लावे कोलों टना मुना दे साहब वल वादे खादे और बकवास ना कर लावे
मैं तेरे को चार बना सामू की जम के दिल गई अफलाती औलाद आ तू दादे नु पागल बना सकना और साड़ी आंखों में तोड़ नहीं चाह सकता अतीत हो गई और क्यों काफर होके मरण दी आ रहे सुखा सानू काफर क्या दे रहे काफर तो तू आप और खबरें किसला इस घर में पैदावार हो गए और तेनू तो लाल काफर के घर पैदा होना चाहिए सी अबे ऐसा तक सबसे जावा तेरी तकनी है नामा चीज है चलो नहीं तो ना सी असि किलो देन लगे सलो यार रात खाब तेरी माता साहबा मिली सही अच्छा हाँ कहती सी आपने चांद से खोबलू बेटे को मिलना है जरा भेजना कमाल दे कल रात मैनु भी मिली सी कहती सी मेरे लाले साहब को भेजना गमों की तनहाइयों की उदासियां छा रही है मौसम में बाहर लगा जा रहा है और तनु भी मिली सी किसी को झूठ बोलने कार मंगते की औलाद और तनु कुछ कह रही है तो सामू को जी लहबा उठी हो जा और पैर कटड़े और पैर टुकड़े और मातू डिग पे और जमीन से चुकना कुकड़ों का काम होता है कुकु को अभी शहन शह भी चुक ले वैसे और चाहता चाहता है असि गैरत मंद हे और पर ऐडा भी की गैरत मंद होना लौटा दे मामले चे मातम पोस्ट कर क्या देना था वैसे यार तांबे वाले अजय तक क्रिकेट नहीं आए उन्हें यार आ जाना चाहिए टेलीफोन दिया जाना कर सकती नहीं ना इना कर कर लेंगे नहीं चाचा भी है वो तो बिल्कुल नहीं और की बकवास कर रहे हैं फिर घर कौन है कहा मैनू की बड़ा कोई नहीं तो फिर काम क्यों करिए और मेरी दाल बना दी तीजे सेहतमंद की हो जो मैं डेली फोन दिए तारा कट दी है मैं पता लगा कि सुनीना पिकनिक पे गई है सके चाचे दी थी भैन अगवा करके लै आए हो भलवाना साडा चाचा सानू चंगा आदमी नहीं समझदा मैं भी तुहानू अच्छा आदमी कदों समझना खुदा दे वास्ते मैनू बचा ले तेरे कहने की जरूरत नहीं मेरी इज्जत नू भी इन्ना जे बेगैरता ने तेरे वर्गा ही जख्म लाया है छड़ दियो है अकल कर कालू रकम जिनी चाहिए लै ले पर छड़ना अपनी भैन
ਮੈਨੂੰ ਛੱਡ ਦਿਓ ਇਹ ਬਦਮਾਸ਼ੋ। ਅਸੀਂ ਨੂੰ ਸਿਰ ਤਲੀ ਤੇ ਤੜਕੇ ਵਾਹ ਕੀਤਾ ਤੇ ਫਿਰ ਤੁਹਾਡੇ ਸਿਰ ਤੜਾਤੇ ਕਿਉਂ ਨਹੀਂ? ਮੈਂ ਇਹਨਾਂ ਨੂੰ ਤਲੀ ਤੇ ਰੱਖ ਦਿਆਂਗਾ। ਦੁਸ਼ਮਨ ਇਹਨਾਂ ਬਦਮਾਸ਼ਾਂ ਨੂੰ ਕੀ ਸਜ਼ਾ ਦਿੱਤੀ ਜਾਏ? ਯਕੀਨ ਮੰਨੋ ਸੇਠ ਜੀ, ਇਹ ਬਦਮਾਸ਼ ਕੱਟ ਤੇ ਲੋਫਰ ਬੱਦ ਨੇ। ਇਹਨਾਂ ਦੀ ਭੈਣ ਵੀ ਬੁਰਕਾ ਪਾ ਕੇ ਗਲੀ ਚ ਲੰਘ ਰਹੀ ਹੋਵੇ ਤੇ ਉਹਨੂੰ ਵੀ ਪੁੱਛ ਲੈਂਦੇ ਨੇ, ਸੋਣਿਓ ਕਿੱਥੇ ਚੱਲਿਓ? ਫਿਰ ਤੂੰ ਇਹਨਾਂ ਬਦਮਾਸ਼ਾਂ ਨੂੰ ਸਾਡੇ ਤੋਂ ਜ਼ਿਆਦਾ ਜਾਣ, ਤੂੰ ਸਾਡੀ ਇੱਜ਼ਤ ਵੀ ਬਚਾਈਏ ਤੇ ਇਹਨਾਂ ਬਦਮਾਸ਼ਾਂ ਨੂੰ ਸਜ਼ਾ ਵੀ ਤੂੰ ਦੇਣਾ। ਮੇਰੇ ਖਿਆਲ ਤੁਸੀਂ ਇਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿਓ। ਮੇਰੇ ਖਿਆਲ ਵਿੱਚ ਸਰ ਜੀ, ਇਹਨਾਂ ਨੂੰ ਮਾਫੀ ਕਰ ਕਾਲੂ ਬਾਦਸ਼ਾਹ ਜੀ, ਅੱਜ ਤੋਂ ਬਾਅਦ ਅਸੀਂ ਕਿਸੇ ਕੋਈ ਐਸੀ ਸ਼ਰਾਰਤ ਕਰਕੇ ਤੋਂ ਬੇਸ਼ੱਕ ਸਾਡੀ ਕਰਨ ਲਾ ਦੇ। ਕਾਲੂ ਬਾਦਸ਼ਾਹ, ਅਸੀਂ ਅੱਗੇ ਵੀ ਤੇਰੇ ਗੁਲਾਮ ਸਾਂ ਤੇ ਹੁਣ ਵੀ ਤੇਰੇ ਤਾਬੇਦਾਰ ਹੀ ਨਾਂ ਨੇ। ਚਲੋ ਦਫਾ ਹੋ ਜਾਓ। ਅੱਛਾ ਜੀ, ਸਲਾਮ। ਵਾਲੇਕੁਮ ਸਲਾਮ। ਨਹੀਂ ਤੂੰ ਨਹੀਂ ਜਾ ਸਕਦਾ ਜੀ। ਸਮੀਨਾ ਬੇਟੀ, ਚਾਹ ਦਾ ਬੰਦੋਬਸਤ ਕਰੋ। ਚਲੋ ਚਲੋ। ਓਕੇ ਡੈਡੀ, ਓਕੇ। ਅੱਲਾਹ ਤਾਲਾ ਨੇ ਮੈਨੂੰ ਸਭ ਕੁਛ ਦਿੱਤਾ ਹੈ, ਸਿਰਫ ਤੇਰੇ ਵਰਗੇ ਇੱਜ਼ਤਦਾਰ ਬੇਟੀ ਦੀ ਤਲਾਸ਼ ਸੀ, ਤੂੰ ਮੈਨੂੰ ਮਿਲ ਗਈ। ਮਾਫੀ ਚਾਹੁੰਦਾ ਸੇਠ ਜੀ, ਮੇਰੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਕਿਸੇ ਦੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਦਰਅਸਲ ਮੈਂ ਕਹਿਣਾ ਇਹ ਚਾਹੁੰਦਾ ਕਿ ਬਚਪਨ ਵਿੱਚ ਦੁਸ਼ਮਣਾਂ ਨੇ ਮੇਰੇ ਬਾਪ ਨੂੰ ਕਤਲ ਕਰਾਇਆ, ਮੇਰੀ ਮਾਸੂਮ ਭੈਣ ਨੂੰ ਅਗਵਾ ਕਰਾਇਆ। ਜਵਾਨ ਹੋ ਕੇ ਮੈਂ ਉਸ ਦੁਸ਼ਮਣ ਦੇ ਪਿੱਛੇ ਜੇਲ੍ਹ ਤੱਕ ਵੀ ਗਿਆ, ਪਰ ਮੇਰੀ ਇੱਜ਼ਤ ਤੇ ਗੈਰਤ ਦਾ ਕਾਤਲ ਅਜੇ ਤੱਕ ਨਹੀਂ ਮਿਲਿਆ। ਕਦੇ ਤੇਰੀ ਹੋਏਗੀ, ਅੱਜ ਦੇ ਬਾਅਦ ਸਾਡੀਆਂ ਦੁਆਵਾਂ ਵੀ ਤੇਰੇ ਨਾਲ ਸ਼ਾਮਲ ਨੇ। ਦੁਸ਼ਮਣ ਬੜਾ ਚਾਲਬਾਜ਼ ਤੇ ਤਾਕਤਵਰ ਹੈ, ਮੈਂ ਨਹੀਂ ਚਾਹੁੰਦਾ ਤੁਸੀਂ ਆਪਣੀ ਦੇਹ ਦਾ ਮੁਕੱਦਰ ਮੇਰੇ ਨਸੀਬਾਂ ਨਾਲ ਜੋੜ ਦਿਓ ਤੇ ਆਉਣ ਵਾਲਾ ਵਕਤ ਉਹਦੀ ਚੋਲੀ ਚ ਖੁਸ਼ੀਆਂ ਨਾ ਪਾ ਸਕੇ। ਤੇ ਬੇਟੇ ਨਹੀਂ, ਸਿਪਾਹੀ ਪੁੱਤਰ ਹੱਕ ਸੱਚ ਤੇ ਜੰਗ ਲੜਨ ਗਏ ਹੋਣ ਤੇ ਬੇਟੀਆਂ ਦੇ ਵਾਲਦੈਨ ਲੜਨ ਵਾਲੇ ਸਿਪਾਹੀਆਂ ਨਾਲ ਆਪਣੀ ਬੇਟੀਆਂ ਦੇ ਰਿਸ਼ਤੇ ਨਹੀਂ ਤੁਰਦੇ, ਸਾਡੇ ਵਾਂਗ ਫਤਿਹ ਦੀ ਦੁਆ ਕਰਦੇ ਨੇ। ਸੇਠ ਸਾਹਿਬ, ਸੇਠ ਅਮਦਰ ਸਾਹਿਬ ਆਏ ਨੇ। ਤੂੰ ਇੱਥੇ ਠਹਿਰ ਬੇਟਾ, ਮੈਂ ਹੁਣੇ ਆਉਣਾ। ਮੈਂ ਤੇਰੇ ਨਾਲ ਵਾਅਦਾ ਕਰਨੀ ਆ, ਤੇਰੀ ਜ਼ਿੰਦਗੀ ਦਾ ਮਕਸਦ ਜਦੋਂ ਤੱਕ ਹੱਲ ਨਹੀਂ ਹੋ ਜਾਂਦਾ, ਮੈਂ ਉਦੋਂ ਤੱਕ ਤੇਰਾ ਇੱਕ ਅੱਛਾ ਸਾਥੀ ਬਣ ਕੇ ਸਾਥ ਦੇਵਾਂਗੀ। ਮੇਰੇ ਖਿਆਲ ਵਿੱਚ ਹੁਣ ਤਾਂ ਤੁਹਾਡੇ ਕੋਲ ਕੋਈ ਸਵਾਲ ਨਹੀਂ ਰਿਹਾ, ਤੇ ਮੇਰਾ ਜਵਾਬ ਇਹ ਵੇ ਕਿ ਤੁਸੀਂ ਇਹ ਕੇਕ ਖਾਓ ਤੇ ਮੈਂ ਚਾਂਦੀ ਭਲਵਾਨ ਕੋ ਪੈਸੇ ਲੈ ਕੇ ਆਇਆ। ਖੈਰ, ਅਸੀਂ ਕਿੱਥੇ ਜਾਣਾ ਭਲਵਾਨ ਜੀ, ਜੀ ਨਾ ਯਹਾਂ ਮਰਨਾ ਯਹਾਂ, ਇਸਕੇ ਇਲਾਵਾ ਔਰ ਜਾਣਾ ਕਹਾਂ।
أعوذ بالله من الشيطان الرجيم بسم الله الرحمن الرحيم أعوذ بالله الحمد لله رب العالمين الرحمن الرحيم مالك يوم الدين مولا کریم چاندی علی دی ماں دے سرانے ہر ویلے فرشتے نال کھڑے رکھے آمین مولا کریم چاندی علی دی ماں دے سرانے جڑے فرشتے کھڑے ہون انہاں نو بخار چڑھائی آمین انفلوئنزا کرائی آمین ملیریا کرائی آمین پیدا کرائی آمین آمین اے تسی ایتھے کی کر رہے ہوئے اوسی اور ساڈا ایک جگری یاد ہے گا چاندی والا اودی ماں جی اسی ایتھے چ گزر گئی تے اودی فاتحہ پہ کراون دے ہیں اوئے بکواس نہ کر اوئے ਤੁਸੀਂ ਇੱਥੇ ਜੂਆ ਖੇਡਦੇ ਹੋ ਤਾਂ ਮਾਫੀ ਤੋਬਾ ਤੋਬਾ ਕੰਨਾਂ ਨੂੰ ਹੱਥ ਲਾਓ ਥਾਵੇ ਦਾਰ ਜੀ ਇੱਥੇ ਅੱਲਾ ਰਸੂਲ ਦਾ ਨਾਮ ਲਿੱਤਾ ਜਾ ਰਿਹਾ ਤੁਸੀਂ ਕਦੋਂ ਕਚੂਆ ਹੋ ਜੇ ਵੈਸੇ ਤੂੰ ਤੁਹਾਨੂੰ ਮੁਖਬਰੀ ਕਿ ਨਹੀਂ ਕੀਤੀ ਇਹ ਮੁਖਬਰੀ ਤਿਲੋ ਖਾਂ ਤੇ ਸ਼ੇਰ ਖਾਂ ਨੇ ਕੀਤੀ ਉਹ ਫਿਰ ਇੱਦਾਂ ਲੱਗੀ ਤੁਸੀਂ ਫਾਤਿਆ ਪੜ ਰਹੇ ਸੀ ਤੇ ਕਮਸਈ ਦੇ ਦਾਣੇ ਕਿੱਥੋਂ ਆਏ ਬੋਲਿਓ ਕਮਸਈ ਦੇ ਦਾਣੇ ਕਿੱਥੇ ਹੈਗੇ ਨੇ ਤੇ ਛੋਲੇ ਦੇ ਦਾਣੇ ਹੈਗੇ ਨੇ ਚੱਬ ਲੈਣੇ ਚਿਕਾ ਪੈ ਰਹੇ ਵੇਖ ਉਹ ਵੇਖ ਤੁਸੀਂ ਤੇਰਾ ਹਰ ਗਈ پاگل خانی دائیں بائیں ہو کے حکومت کے خلاف تقریر کرنے رہے ہیں اور سارے جی وڈے لوگوں کا کام کی ہوتا ہے غریب مزدوروں سے گولی چلواتے نہیں تے آپ پھرتی ہو جانا ویسے سوچا سی پولیس مقابلے ہو جان چترالی توفی جی لال جھول لال لال ایسے چیٹے بورڈ والا بندہ لاٹا نہیں دیکھا آہوار سے ادھر گیا ہے جیسے تو قصور کیا وہ جواری ہے بڑا بڑا مگر سارے کو بن کے کتنے جائے گا جواری ہائے میں مر گئی بم بنا رہے سگریٹ بم پینے کسی کا خون تو نہیں پیندے ہیلو تھی بھی کرو ٹیلی فون ملو ایک گال کراچی بولو ہیلو ہیلو
ہیلو ہائے اب تیرے سکے جاواں ایک پاوا جو ہو رہا ہے ہائے کھچو مکھنو رانی کسی ڈیری فارم دے پیس تو سانو سمجھے ہی نہیں وہ تو حکم کرے تو اسی اپنی جان قربان کر دئیے جا میں جوا بھی چھڑ دیں گا سامنے دو چار لا تاکہ سن بھی پتا لگے کن کچھ جرم منجی سے پیسہ چور کا پتر میرے سامنے تے آوے پھر منجی تے نہیں پاوا گا مورا لاوا گا پنڈے سے ہمارے جی کو جانے تھلے اتر اور کی گل ہے میں تیرے موٹے سے چڑھے ہوئے اور کی شیش نہ کو بھی اکھا کر کے دیکھ رہے ہیں یا تو اکھا کر کے تدی تر رکھ دیا گا پیسے تلی تے تے میں تینوں رکھ دیا گا اور ڈکیتی ادا کسے کدھر اور پر سمجھاؤ میں اور تینوں کی دے دوں گا تیرا کہہ جا میری بکواس کرتے ہمارا بدماش چواڑیا بدگار نہ ہوتا تے یہ افواہ والی نوبت کبھی نہیں کھڑکنی عبادت ہے وہ اسی تے تانوں ایک ہزار بن کے وہ کہ ساڈا جنازہ تیار کروا دیو اور اسی تانوں ایک ہور کرا دے دیاں گے جدی اخمی ہے جی اللہ دے پتر میں سوچ رہا ہوں کہ ہم سانو اجازت دے ہی دے خیر ہوئے گولی مارو گولی سے مار ہی دیں گے جڑے چک کے لے گئے میں 80 سال کا بڑھا آدمی انہوں کا حق تو نہیں ڈک سکتا پر اج پتا لگا جی وہ پیو جیوا ہوں تو کوئی قاتل انہوں چک کے لے جا کے قتل نہ کر دے وہ بہادر صاحب کی تو کہہ دیا گرت گھومے گا بہادر سے میں نہیں نہیں لاویا وہ پیو کا نام پھنے خان سی بھنے خان بڑا بہادر آدمی سی وہ ایک منہ بولی بہن دے انتقام پیچھے وہ موت کو لوگ اگے نکل گیا سی جی تین بھنے خان کدھر ملے تو انہوں آخ ایک کمزور جا بڈھے کی زندگی کا سوال ہے بھنے خان میرا نام ہے واجے والد صاحب کا غور نہ تے ویکھو وہ سانو جیندے جان ہی مارے جا رہے ہو اور نہیں ہو لاویا جی تو جیوں ہو تو اج پرے بازار بھی تو تیرے پتر کو بدماش چک کے نہ لے جاندے اور زخم تے میرے سینے بھی لگا ہے تو شادی دی تیاری کر تو میں اپنے پوترے دے کفن دی تیاری کر رہا مار سوچا جی عبادت صاحب اور کس خنجیر میں شادی کروانی جے اور ساڈا پتر وہ موت ہے منہ چاہے تو ابھی خوشیاں منائیے کس طرح ہو سکتا ہے اور میں نے شک کی جنا پاؤ لاویا کہ تو جیونا ہے نہیں تو میں تیتوں پوچھاں گا اس گھر کا کلا کلا دیلا کتنے ہی ہوئے
ਮੈਨੂੰ ਤੇ ਇੰਜ ਲੱਗਾ ਜਿਵੇਂ ਤੇਰੀ ਰਾਤ ਮਰਨੀ ਸੀ ਗਈ ਸੌ ਗਈ ਸੀ। ਜੇ ਤੂੰ ਸੱਲੀ ਨੂੰ ਮੇਰੇ ਕੋਲੋਂ ਛੁਡਾਉਣ ਆਇਆ ਤੇ ਉਹ ਮੇਰੇ ਹੁਕਮ ਦਾ ਇਨਕਾਰੀ ਹੈ, ਸਮਝ ਲੈ ਉਹ ਮੇਰਾ ਕੈਦੀ ਹੈ। ਕੈਦੀ ਆਪਣਾ ਕੈਦੀ ਅੱਛਾ, ਪਹਿਲਾਂ ਇਹ ਦੱਸ ਮੇਰੇ ਕੈਦੀ ਨੂੰ ਛੁਡਾਉਣ ਲਈ ਕਿੰਨੇ ਬੰਦੇ ਲੈ ਕੇ ਆਏ? ਜਿਗਰ ਦਾ ਟੁਕੜਾ ਛੁਡਾਉਣ ਲਈ ਬੰਦੇ ਨੇ ਨਾਲ ਲਿਆਈ ਦਿਆ ਦਿਸਤੇ, ਆ ਸਿਰ ਤਲੀ ਤੇ ਰੱਖ ਕੇ ਆਈ ਦਿਆ ਸਿਰ। ਤੂੰ ਬਹਾਦਰ ਵੀ ਹੈ ਤੇ ਬਜ਼ੁਰਗ ਵੀ ਹੈ, ਮੈਂ ਤੈਨੂੰ ਖਾਲੀ ਹੱਥ ਨਹੀਂ ਵੇਖ ਸਕਦਾ। ਐ ਲੈ ਮੈਂ ਤੈਨੂੰ ਇਜਾਜ਼ਤ ਦੇਣਾ, ਪਹਿਲਾਂ ਤੂੰ ਵਾਰ ਕਰ। ਪਹਿਲੇ ਵੀ ਉਹ ਖਾਲੀ ਹੱਥ ਹੈ, ਸੀਨੇ ਤੇ ਗੋਲੀਆਂ ਖਾਧੀਆਂ ਸਨ, ਹੁਣ ਵੀ ਪਹਿਲਾਂ ਵਾਰ ਤੂੰ ਹੀ ਕਰਦਾ ਤੇ ਮਾਰਾ ਯਾਦ ਆ ਸੀ, ਪਰ ਜਵਾਨ ਦਾ ਪੁੱਤਰ ਹੈ ਤੂੰ ਕਹਿੰਦਾ ਤੇ ਅਸੀਂ ਕਰ ਦਿੰਦੇ। ਹੱਥ ਕਿਉਂ ਕੰਬਣ ਲੱਗ ਪਏ ਨੇ? ਚਲਾ ਗੋਲੀ। ਮੈਨੂੰ ਮਾਫ ਕਰ ਦੇ ਯਾਰ, ਮੈਂ ਕਿਹਾ ਮੈਨੂੰ ਨਹੀਂ ਸੀ ਪਤਾ ਯਾਰ ਤੂੰ ਇੱਥੇ ਕਿਸ ਤਰ੍ਹਾਂ। ਉਹ ਯਾਰ ਜੰਗੀੜੀਏ, ਉਹ ਐਵੇਂ ਇੱਕ ਦੀਦੀ ਜੇ ਮੁੰਡੇ ਨੇ ਮੇਰੇ ਕੋਲੋਂ ਗੋਲੀ ਚਲਵਾ ਦਿੱਤੀ ਹੈ, ਉਹ ਤੇ ਮੈਨੂੰ ਨਹੀਂ ਸੀ ਪਤਾ ਯਾਰ ਕਿ ਉਹ ਗੋਲੀ ਤੇਰੇ ਸੀਨੇ ਚੋਂ ਪਾਰ ਹੋ ਜਾਏਗੀ। ਉਹ ਯਾਰ ਜੰਗੀੜੀਏ, ਮੈਂ ਕਿਹਾ ਇੱਧਰ ਵੇਖ ਯਾਰ, ਸਾਨੂੰ ਮਾਫ਼ ਕਰ ਦੇ ਯਾਰ, ਉਹ ਮਾਫ਼ ਕਰ ਦੇ ਯਾਰ। ਓਏ ਮਾਫ਼ ਤੇ ਤੈਨੂੰ ਮੈਂ ਕਰਾਂ ਕਿ ਨਾ ਕਰਾਂ, ਤੂੰ ਤੇ ਮੇਰੇ ਕੋਲੋਂ ਆਪਣਾ ਪੁੱਤਰ ਛਡਾਉਣਾ ਹੈ, ਇੱਧਰ ਧਿਆਨ ਕਰ। ਔਰ ਜੇ ਤੂੰ ਇਸ ਤਸਵੀਰ ਦਾ ਕੁਛ ਲੱਗਣਾ ਹੈ ਮੁੰਡਿਆ, ਤੇ ਫਿਰ ਜਾ, ਔਰ ਮੈਂ ਤੈਨੂੰ ਮਾਫ਼ ਕਰ ਸਕਣਾ ਵਾਂ। ਤਸਵੀਰ ਤਸਵੀਰ, ਓਏ ਤੇਰਾ ਇਸ ਤਸਵੀਰ ਨਾਲ ਕੀ ਰਿਸ਼ਤਾ ਹੈ, ਕੀ ਲੱਗਣਾ ਹੈ? ਔਰ ਜੇ ਪੁੱਛ ਲਏ ਤੇ ਫਿਰ ਸੁਣ, ਓਏ ਇੱਕ ਚਿਹਰੇ ਦੀਆਂ ਦੋ ਅੱਖਾਂ, ਇੱਕ ਜਿਸਮ ਦੀਆਂ ਦੋ ਬਾਹਾਂ, ਤੇ ਇੱਕ ਯਾਰੀ ਦੇ ਦੋ ਨਾਂ, ਔਰ ਜੰਗੀੜੀਆ ਤੇ ਫੱਲੇ ਖਾਂ। ਤੂੰ ਇੱਥੋਂ ਨਾ ਜਾਈ ਬਜ਼ੁਰਗਾ, ਮੈਂ ਹੁਣੇ ਆਉਂਦਾ। ਓਏ ਤੇਰੇ ਪਿਓ ਦਾ ਕੀ ਨਾਂ ਹੈ? ਹੋਇਆ ਹੋਏ, ਔਰ ਜੇ ਮੈਂ ਪੁੱਤਰ ਫੰਨੇ ਖਾਂ ਦਾ ਨਾ ਹੁੰਦਾ ਵੱਲੋਂ, ਤੇ ਫਿਰ ਤੇਰੇ ਵੱਲੋਂ ਆਉਣ ਦੀ ਮੌਤ ਨੂੰ ਆਪਣਾ ਮੂੰਹ ਕਿਉਂ ਵਿਖਾਉਂਦਾ ਕਾਲੂ? ਪਰ ਯਾਰ ਜੰਗੀੜੀਏ, ਜੇ ਤੂੰ ਇਸ ਘਰ ਦਾ ਮਾਲਕ ਹੈ ਤੇ ਫਿਰ ਉਧਾਰ ਮੌਕੇ, ਔਰ ਤੂੰ ਸਾਨੂੰ ਖੂਨ ਦਿੱਤਾ ਸੀ ਨਾ ਯਾਰ, ਤੇ ਅਸੀਂ ਤੈਨੂੰ ਆਪਣੇ ਜਿਗਰ ਦਾ ਖੂਨ ਦੇ ਦਿੱਤੇ। ਲੈ ਆਪਣਾ ਪੁੱਤਰ ਬਜ਼ੁਰਗਾ,
और पहले दस तेरा इस तस्वीर नाल की रिश्ता है? मैं बहुतिया गल्ला नहीं सुनता होंदा। तेनों अपना पुत्र मिल गया तो हूं तू जा फिर रखो साडे पुत्र नूं। असी अपनी यार की तस्वीर लैके चले आए चाचा। मैनू माफ कर दे चाचा, मैं पुत्र हाँ तेरे यार दा ते गुनहगार हाँ तेरा। जाए बेईमाना मेरे भी पहला जगह नीमा हो गए उठे उचा होके साढ़े सीने लग जाए और साढ़े यार की सानू खुशबू दो। चाचा चाचा तेरे यार नूं दुश्मना ने कतल कर दिता। मैं बिल्कुल बच्चा सा, मेरी छोटी जी मासूम भैन नूं वही चुक के ले गया। और तो यार तू साडे घर क्यों ना आया? इस बू आदा चाचा मेरी गैरत ने बर्दाश्त नहीं सी कीता। और चली आए और अगर आए रीजा दे और अगर आए और ऐसी जगह का टुकड़ा ले आए सा साढ़े यार की जिंदा निशानी सानू मिल गई है और तो गले मिलो है। छोटा जी वाला साहब ऐसे ही मिल रही है कदे और पहले कोई माफी मंगे हाथ जोड़ के और पैरी पवे साथे कोई तदा करे कोई मिन्नत करे और तेन को सामना दे मे चार बजा पे को वॉश कर रहे हो सानू किस तरह मिलता तैयार अज तो बाद असी तेन टीच नहीं हो करता असी तो तेन कोई एवं जी शायद समझ सर तू तो निकली वर्ल्ड चैंपियन लॉजी वाला साहब तो सानू मार दे रहे हूं तुम भी मिलो हाथ दी साडे चाचे मुखड़े ते मिलो आवा बिंदो रब नू आवाज मारी वो करमा माला जरूर शर्मा रखे फिर आप चलो आवे आके मुबारक वाद साहब तेरिया रामत लख बारी सदके मिलिया मौला लख बारी कुरबान मैं दिल की तार हिलाई है तो तू मंजूरी पाई है तेरा लख लख शुक्र मिलिया मौला पोतरा लिया गया दूसरा भी लिया मैं और की कर दे सलामकुम दादू अब्बा वालेकुम असलाम ऐसा खून भी तुहाडे खून ही शामिल हैगा जे अच्छा जी अखी हैगा जे सुचे हैगा जे मरकुरदार तू जंगीरे का पुत्र है जी दादू बा और बेईमाना फिर मेरे सीने नाल लग जा असा रब कोलों जिगर दे एक टुकड़े लई दुआ मंगी सी उहने सानू दोवें अता कर दित्ती। हैलो हैलो दादू अब्बा मैं तो वेले हो के साडी हाजरी भी पा लवो सुने तुझे परेशान रहे हो वैसे ਸਾਡੀ ਪਰੇਸ਼ਾਨੀ ਨਾਲ ਕੀ ਦੋਸਤ ਆ ਲੋ ਦੱਸੋ ਉਹ ਆਪੇ ਤੋਂ ਸਿਹਤ ਸੁਣਾਉਂਦੇ ਹੁੰਦੇ ਉਹ ਕੀ ਰਾ ਸੂਲੀ ਚੜੀਏ ਖਾਲੋ ਆਈਏ ਤਾਂ ਮਿਲਦਾ ਦਿਲ ਦਾ ਯਾਰ ਕੋਲੋ ਖਾਈਏ ਮਾਰਾ ਤਾਂ ਮਿਲਦਾ ਯਾਰ ਸਲੀ ਜੀ ਯਾਰ ਛੇਤੀ ਆ ਜਾਇਆ ਕਰ ਸਾਡੇ ਜਾਣ ਦਾ ਵੇਲਾ ਤੇ ਤੂੰ ਨਾ ਫਿਕਰ ਲੱਗ ਤੋਬਾ ਤੋਬਾ ਕਰੋ ਦਾਦੂ ਬਾ ਉਹ ਕਿਸ ਖਜ਼ੀਰ ਨੇ ਤੁਹਾਨੂੰ ਜਾਣ ਦੇਣਾ ਹੈਗਾ ਅਸੀਂ ਤਾਂ ਤੁਹਾਡੇ ਗੋਦੇ ਕਿਤੇ ਫਾ ਲੈਣੇ ਹੈਗੇ ਉਹ ਯਾਰ ਤੂੰ ਵੀ ਕੁਛ ਬੋਲ ਦਾਦੂ ਬਾ ਮੈਚੀ ਸੈਂਟਰ ਹੋ ਗਏ ਨੇ ਬਾਬਾ ਜੀ ਸਾਹ ਤੋਂ ਕਦੇ ਇੱਕ ਬੇਟੀ ਚੀ ਦਾਦੂ ਬਾ ਸੱਲੀ ਠੀਕ ਕਹਿੰਦਾ ਸਾਨੂੰ ਤੁਹਾਡੀਆਂ ਬੜੀਆਂ ਜ਼ਰੂਰਤਾਂ ਨੇ ਉਹ ਜ਼ਰੂਰਤਾਂ ਤੇ ਸਾਰੀਆਂ ਇੰਡੀਆਂ ਨੇ ਕਿਹਾ ਹਜ਼ਾਰ ਤੋਂ ਮਾਫੀ ਬਾਤਾਂ ਕਰਨ ਲੱਗੇ ਹੋ ਵਾਹ ਸਾਹਿਬ ਮੈਂ ਆਖਿਆ ਕਿ ਰਕਮਾਂ ਨੂੰ ਵਾਹ ਦਵਾਓ ਸਖੀ ਪਿਓ ਤੇ ਪੁੱਤਰਾਂ ਦਾ ਖੈਰ ਖਰਾਬ ਤੇ ਕਰੀਏ ਨਿਜੀ ਖੈਰ ਖਰਾਬ ਦਾ ਕੰਮ ਨਹੀਂ ਚੱਲਣਾ ਬਾਬਾ ਸਾਹਿਬ ਫਿਰ ਉਹ ਤੋ ਯਾਰ ਮਿਲੇ ਗਏ ਉਹ ਕੁਝ ਜਲਸਾ ਜਲੂਸ ਕੋ ਜਸ਼ਨ ਜਸ਼ਨੀਏ ਕੋ ਨਾਚ ਰਚੀਏ ਕੋ ਡੈਨਸਟੀ ਤੁਹਾਡੇ ਵੀ
پدائشی فقیری ریے اور سی ساری سکیم سے لوگی تانبیاں نے اسی انہوں نے دشمن بنایا کیوں یار بن گئے خالی یار ہی نہیں بنے اور تو رشتے دار بھی بن گئے اور اسی انہوں نے کنی کو دیر برداشت کروں گے شہر دے لکھا روپے میں دسی آکھ رکھی ہوئی اور تھے بھی کالو پہنچ گیا تو جی اسی سلی نو مارن تو بعد بھائی لگ دے تھا وہ بھی دار نہیں بنی چاہتی علی پتہ ہی کھٹو بدماش نو مار لے کالو جیل گیا سی کھٹو खड्डू नाल ते जिगर अपनी पुरानी गलबात छटी उन्हें साडे शहर दी जेल जाने ते कुछ दिन बाद भरी हो खड्डू कालू दे प्यो दा कातल है ते उन्हें आंदे कालू दा आत्मा कर दे ओ फिर घबरांदा क्यों है जिगर ओनू एस जेल जान तो पहले एक बारी फिर साईवाल दी जेल च मिलन आ ते उन्हें बाहर आंदी कालू नू क्लच شادیف رکھو جنابے آدھی پہلے تو اب نہیں جنابے آدھی پہلے آپ پہلے آپ اوہے پہلے آپ پہلے آپ کدرے بائیاں دودھ پھٹگڑی پی کرنا سو جن تسی بہن آجے نہیں گل کرو چل چکر لگو یوں کر دے سلی تیری واقف کار دی نہیں تیری ہے وہ جان جان نا بابا نا میں نہیں جانتا کون کی کہہ رہے سلی تو میں نہیں جانتا وہ نہیں جانتا تو پھر نہیں جانتا کی کہہ لے تیرے پیدا روبت میں جیسے پری دنیا چھتے رہے کسی نے نہیں اپنا سمجھ دی بہت تاڑے ورگے گریب گربا تاڑے ورگے رئیس لوکہ دے سب دی اے ہو جے جھوٹے سین پاس کرتے ہوتے ہیں اور تیرے تے ساڈے وچ دن رات دا فرق ہے پاگل خانی سانو ساڈے یار دے سامنے بدی نام کری جا رہی ہے اور جان لگے جا نہیں تے آجو تھا میں خوال نہ بھی اچھے گلا کر رہے ہیں تے نہ کر سلی نہیں تے میں مر جاؤں گی دیکھ سلی جی میری وجہ نال تو انہوں پچھان تو انکار کر رہے ہیں تے یہ غلط کر رہے ہیں کیسی پچھان تا کس کی پچھان اور کہاں گے اور تو بھی اسمگر نالی دی گلا تے یقین کر رہے ہیں اور لے تھر سو دا نوٹ بڑھو تے کلٹی ہو اگلے پھیرے آوان گے تے تری اور سیوا کر جاں گے سو دا نوٹ دے کے بھی تو میرے سچے زبان نہیں بند کر سکتا سلی اور نہیں لے دی تے نہ لے اسی کڑی گدیریاں دے رہے سن تینو نوٹ غسی بابے کہہ دیا رہا والا کتھو کیا میرا تھر یقین میرا پیار پیار میرا کالو بھلوان تسی ایتھے خیر تے آ نا بھائی ساڈے جگر دے گھر جشن نے تیری بلبل چاہیے تو وہ دیو نوتا دا فکر نہ کرنا ہویا سی اپنے یار دے سر تو آ کے موت تما دے صاحب نے نوٹ تیرے گئے ویسے ڈر لگدا کالو بھلوان تیری شکل دیکھ کے میری کڑی اندر نس گئی اوئے کیوں غلط گل کر کے جسمانی نقصان کرانے بجیے کی سارے یار نو ویکھ کے نس گئی اور کی گل ہے یہ تعلق پتا نہیں دستا یہ کوئی بڑا وا بھلوان جی اسی مجرا کردے ہی نہیں لے دس کہتی ہے کہ مجرا کردے ہی نہیں اور کالو کمے تے سٹتے ہیں انہاں دے واجے تبلے گلی چ پار سدا تبلیاں نو پار دے پار دے رکھے یار کدھرے مروا ہی نہ تیوی اے میں کھلوتا لے تے پھر پیروں دی مٹی نہ چھڈی کدھر آیا کہ میں تاڈی بہن نو کہندی اے کہ مجرا کردے ہی نہیں اور جڑا ساڈے یار نو کرے نا پسند اس مرے دے گلیاں تے بازار پر بائے
कर यार बस कर। सुन हूं मैनू अगो तू किसी के घर ना लैके दे, मेरी शक्ल देख के किसी ने तेरा गाना नहीं गाना। ठीक है आपस में गाने गाने वो जरी कुरी रस्ते च मिली सी ना वो गाना बड़ा अच्छा गाती है। तेनू किस तरह पता, तू सुनिया गाना यार गल ना पूछी दी होंगी, वैसे तू इजाजत दे तो वह लै आओ। चल ठीक है लेकिन मैनू ना लैके जाए। ठीक है ठीक है, वैसे मेरी भी वह जी कोई खास वाकफ कार नहीं हुई जी मुदे थे का। सारा पता लग गया पुत्र बदमाशियां करना। चल चलिए ओ खुलो तो सही, चलिए किस तरह ओ पहले हथे खुलो के दो चार पड़का मारूंगा। नहीं सली मैं भड़क के खिलाफ हाँ, भड़क नाल बदमाशी नहीं होंगी। चल ओ यार ओ जे पड़का ना बचिया और तेना कंजरों को पता किस तरह लगेगा कि सली पैर पान कंजरों का कत्लो गारत करते हुए हाथ में कंजर लहराते हुए फरार होने में कामयाब हो गया है। इधर आवे ये खंजर ते विखा इत खून लग गया। तू बड़े ते नहीं मारे सिर्फ तबले ही पाड़े ने तबले। ओ यार ये ते खून लगा होना चाहिए सी। बाय द वे वैसे कई बंदों के खून सफेद भी तो होते हैं। बाहर इंतजार कर रहे फार्म पीस मखनो कथे ली मखनो जी मां ऐवे कौन आए ने बड़े बड़े लोग ने मां ते असी बड़े छोटे लोग हाँ इन्हों बिठाने लिए तो साढ़े घर कोई शह भी नहीं असी इन्हों के जश्न च किस तरह जा सकने हैं माफी मांग लें माफी तो असी तेरे को मंग लेने तुम नाराज किए छते हो मखनो आपस की गल है घर साड़ी बड़ी इज्जत होती है तो यह ना हो तू सा बिजली खराब करा दे और असी तो घर वाले को दूसरा बस्तोबस्त भी नहीं करो दिता है तू मैं मेरी औकात दस दी है कि मैं एक मंगन वाली फकीर नहीं हाँ मैं तेरे नहीं जावगी। ओए अल्लाह पाक की कसम है उस वे तेरे ने लेवे रंगबाजी की थी हूं तेरे के हाथ जोर दे नहीं है असी तो लैके जरूर जाना बाजी असी तो तेरे गिते च बह जाना है। उस वेले तेरे नाल तेरा सिर्फ एक यार सी ते उथे सारी बिरादरी होवेगी। ओ खूत सुत बिरादरी नु पर जरा वालस है तदुआ बनू कट के मकरू लेवे जे असी अज तो बाद तेरे नाल रंगबाजी करिए पहले सानू मौत ते अजो ऐ कुड़िया तो नहीं जाएगी। ओ कह तो जात पंजाब दे ओ तू कौन होना साडे घरेलू मामला ते दाखल दफ्तर होना दा कौन होना तू हो बस मैं कहना ऐ कुड़िया तो नहीं जाएगी। ते तू मामा लगना है पहले नहीं से जाना हुन जरूर जावांगी। Thank you.
پاگل خانیہ کوئی ایڈی زور دی وی ڈائنسٹی مینس کرتا ہے کہ بندہ گزر ہی جائے ماری جائے خبر پھر کدی اس گھر چ آنے کی نہیں سوچیا اینا نچا کے مر جا اوے خود دیری فارم دے پیس خدا دے واسطے سنو بے قدرہ نہ کبھی جی تو ساڈے تے جان دین لئی تیار ہو گئی ہے تو وہ جی سی بھی تاڈے اتو لکھ وجے قربان ہونے تیار ہے گئے جی کوئی جالی اکس نہیں گا تیرا تے کوئی پتہ نہیں پر میرا فیصلہ سن لے
मैं तेरे प्यार च मर सकनी हां पर कल्ली जिंदा नहीं रह सकती। फिर असि भी बड़े इरादा मजबूत दे मालिक है बाऊ जी, जीवन के ताते नाल ते मरण के ताते नाल, हुण ते खुश गे होना। सदके जावा, मैं का डॉक्टर को बुलावा? मेरा डॉक्टर तू है सली। तो फिर जरा नबस ते बुखा। बस की देखनी है, दिल की धड़कन देख। हाय और बहुत ही जो दिल की धड़कन देखनी है तो साड़ी वेखो, और वेखो कि सपीटा भर गई है। मुठियार घर घर गली गली कुंगरू बन के नचण वाली कंजरा ना लो ये नीचे कंजरा का भी कोई ठिकाना होंदा ते दा कोई ठिकाना नहीं है दा कोई ठिकाना नहीं। दुनिया की कोई ताकत मखनू नू मेरे घरों पार नहीं कर सकती। बस बंद कर, मेरी इस मार नू पहली ते अखीर नहीं समझी। अज तो बाद इस मंगण वाली कुड़ी का मेरे घर में जिक्र भी ना हो। दादू यार अब मेरी गल तो सुनो। लावे मैं तुम हुक्म देना उस कुड़ी नू जाके घरों बाहर कर दे। दस जे गांधे ते असि भी ताजे घर च नहीं जाना जाते हैं। तू ठीक है ठीक है, सानू लग पता गया तू सा यार नहीं खा, यार मार है यार मार। ए बेचारा तो एक मजबूर जिहा बाप है, इहदे पुत्र ने मैनू बीवी बनाना कबूल कर लिया सी, पर ए मैनू उस घरों धी बना के लिया है। की लोग हो तुसी, ती बना के करो बाहर कट दें दियो, कोई ती नू भी बन दे तो उन्हों कर नहीं रख सकते। तो अडे जे शरीफ लोग नाल ते कंजरी तक गए होंदे ने, जिन्हों एक बेरी नू बना लन उन्हों कदी किसे घर का मुंह नहीं खाने। और वेख मखनो दी मां, और असी इज्जतदार है गया ते तू साडी बिस्ती भी खराब करती है। और असी ओ बंदे है गए मूह बोली भैन के पिछे साधु बदमाश दिया सारिया गोलियां अपने सीने छाइया सन, पर लाश मार्टिन पुलिस के कमरे बचाती सी। तेरा नाम पन्ने खान ते नहीं देखिया नी सारिया शर्त और अपने नामे कार दसे ने ते तेन साडा नाम याद आ गया। जे तू पन्ने खान है ते पैदा करन वाले दी कसम है मेरी धी मर गई तेरे पुत्र दी बनती है। और मैं क्या और तू किधरिया घूक होने की शिष्टा तो नहीं सी? मैं कौन हाँ की हुआ? एक वक्त आएगा तेरे सारा कुछ पता लग जाएगा, तू तो बड़ा पछतानेगा। अजय दी वक्त है मेरी टीम अपने नू बुला ले। ओ मेरे वालिद साहब नू ओ मेरा प्यू समझाएगा। और नो नो पासा के करो बाहर ही निकल लो। सलाम अलैकुम। मैं की करा मखनू, बुरा वक्त तेरे नसीबों का साथ नहीं पिया देता। मैं तो बड़ी कोशिश की थी उस सालम दे रिहा होन तो पहला तू किसी एहो जे ठिकाने ते पहुंच जाए जिथे सालम खड्डू तेन वापस ना लिया सके। कुछ दिन जेल पहलों आया था कदों जेल में एक कौन सी गए एक खड्डू बदमाश एक कालू बदमाश ने जेल च लगाया से। कोई गल नहीं है भी इस जेल च जाऊ वासी है, इन्हों का बाहर टाकरा हो ही जाएगा पर कालू बदमाश ने छेड़ेगा नहीं। खजू एक कालू बदमाश कौन है? मैं इस जेल जाके सुनिया है क्यों मैं लगता फिरता है पुलवान जी कालू खजू नहीं पता परवाना मैं दसना कौन है। फिर फटाफट दस चांदी वाले असा बाहर आ गए वो भी टाई फाटी करने ने। जिस कतल की तू सजा कट रही खड्डू उस मकतूल जहांगीरिए का पुत्र ही कालू। एक बारी फिर बाहर जाके लड़ाई का स्वाद आवेगा ते टाई फाटी होने ने। सोना फजू
ਤੇਰੀ ਜ਼ਿੰਦਗੀ ਚ ਮੱਖਣਾਂ ਨੂੰ ਫੰਨੇ ਖਾਂ ਦੇ ਕਰਨ ਨਹੀਂ ਪਹੁੰਚਣਾ ਚਾਹੀਦਾ। ਤੁਸੀਂ ਫਿਕਰ ਹੀ ਨਾ ਕਰੋ ਗੁਲਾਮ ਜੀ, ਮੇਰੇ ਹੁੰਦਿਆਂ ਮੱਖਣਾਂ ਦਰ ਉਦਰ ਨਹੀਂ ਹੋ ਸਕਦੀ। ਹਾਂ, ਨਹੀਂ ਤੇ ਤੇਰੇ ਵੀ ਢਾਈ ਫਾਟੀ ਕਰਾਂਗਾ ਤੇ ਫਿਰ ਉਸ ਮੱਕਾਰ ਬੁੱਢੀ ਦੇ ਜਿਹੜੀ ਰੰਨ ਮੇਰੀ ਬਣ ਕੇ ਸਾਥ ਮੇਰੇ ਦੁਸ਼ਮਣਾਂ ਦਾ ਦੇਣਾ ਚਾਹੁੰਦੀ ਹੈ। ਖੱਡੂ, ਤੇਰੀ ਧੀ ਮੱਖਣੋ ਫੰਨੇ ਖਾਂ ਦੇ ਘਰ ਪਹੁੰਚ ਨਹੀਂ ਸਕਦੀ। ਉਹਨਾਂ ਨੇ ਉਹਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਤੇ ਅੱਜ ਰਾਤ ਫੰਨੇ ਖਾਂ ਦੇ ਪੁੱਤਰ ਦਾ ਕਿਸੇ ਦੂਜੀ ਜਗ੍ਹਾ ਨਿਕਾਲ। ਓਏ, ਜੇ ਫੰਨੇ ਖਾਂ ਨੇ ਮੱਖਣੋ ਨੂੰ ਘਰ ਲਿਜਾਣ ਦਾ ਚਾਰਾ ਕੀਤਾ ਤੇ ਉਸ ਖਾਨਦਾਨ ਦੇ ਵੀ ਟਾਈ ਫਾਟੀ ਕਰਾਂਗਾ। ਮੌਲੀ ਸਾਹਿਬ, ਤੁਸੀਂ ਨਿਕਾਹ ਪੜਾਓ। ਹਾਜੀ ਸਾਹਿਬ, ਲੜਕੀ ਦੀ ਇਜਾਜ਼ਤ ਬੜੀ ਜ਼ਰੂਰੀ ਹੈ। ਕਿੱਦਾਂ ਦੀਆਂ ਗੱਲਾਂ ਕਰਦੇ ਹੋ ਮੌਲੀ ਸਾਹਿਬ? ਮੇਰੇ ਵੱਲੋਂ ਇਜਾਜ਼ਤ ਆ। ਕੀ ਕਿਹਾ? ਤੁਹਾਡਾ ਕੀ ਨਾਮ? ਸਾਡਾ ਫਲ ਲਿਖਣਾ ਤਾਂ ਮੇਰਾ ਨਾਮ ਲਿਖ ਲਓ, ਬਾਕੀ ਮੇਰੀ ਕੁੜੀ ਦਾ ਨਸ਼ਾ ਤਾਂ ਮੇਰਾ ਨਾਮ ਮੁਆਹਿਦਾ ਆ। ਸ਼ਾਦਾ, ਕੁੜੀ ਦੀ ਇਜਾਜ਼ਤ ਚਾਹੀਦੀ ਹੈ ਵਾਦਾ ਬੇਗਮ, ਆਪੇ ਨਿਕਾਹ ਵੱਲੋਂ ਜ਼ਰਾ ਕੇਸ ਹੀ ਵੱਟੋ। ਤੁਸੀਂ ਕਹਿੰਦੇ ਹੋ ਤਾਂ ਠੀਕ ਹੀ ਕਹਿੰਦੇ ਹੋਵੋਗੇ। ਆ ਜਾਓ ਮੌਲੀ ਸਾਹਿਬ, ਇੱਧਰ ਹੋ, ਛੇਤੀ ਆਉਣਾ ਵਾਪਸ। ਕੁੜੀਏ, ਸਲਾਹਉਦੀਨ ਵੱਲ ਫੰਨੇ ਖਾਂ, ਹੱਕ ਮੇਰ 32 ਰੁਪਏ, ਤੈਨੂੰ ਕਬੂਲ ਹੈ? ਕਬੂਲ ਹੈ? ਮੈਂ ਕਿਹਾ ਗਲਤਾਂ ਕਰ, ਹਰ ਮੌਲੀ ਸਾਹਿਬ ਜਵਾਬ ਮੰਗ ਰਹੇ ਹੈਗੇ ਆ। ਮੇਰੇ ਵੱਲੋਂ ਇਜਾਜ਼ਤ ਹੈ ਮੌਲੀ ਸਾਹਿਬ। ਚੁੱਕ, ਠੀਕ ਹੈ, ਠੀਕ ਹੈ। ਹਾਂ ਬਿਲਕੁਲ, ਦੱਸ ਰਿਹਾ ਸੀ ਸ਼ਰੀਫ। ਗੱਲ ਸੁਣੋ ਕਾਜ਼ੀਆ, ਪਦੋ ਪਤੀ ਨਕਾ ਨਾ ਪੜਾਈ ਮੇਰਾ, ਨਹੀਂ ਤਾਂ ਖਾਨਾ ਖਰਾਬ ਹੋਵੇਗਾ ਤੇਰਾ। ਪੜਿਆ ਰੱਖੂ ਅੱਜ। ਹਾਂਜੀ ਸਾਹਿਬ, ਬਿਲਕੁਲ ਸਰ, ਕੀ ਕਹਿ ਰਿਹਾ? ਸੁਣੀ ਬੇਟੇ, ਚੁੱਪ ਕਰਕੇ ਨਿਕਾਹ ਪੜਾ ਲਿਆ, ਸਾਡੀ ਇੱਜ਼ਤ ਦਾ ਸਵਾਲ। ਓ ਨਹੀਂ ਤਾਤੂ ਅੱਬਾ, ਅਸੀਂ ਕਰਮਾ ਸਾਹਿਬ ਪੜ ਲੈਣਾ, ਨਕਾ ਨਹੀਂ ਪੜਨਾ। ਤੁਸੀਂ ਆਪਣੇ ਖਾਨਦਾਨ ਦੀ ਕਿੱਦਾਂ ਕਿੱਜ਼ਤ ਦਾ ਖਿਆਲ ਕੀਤਾ ਸੀ? ਬਾਦਸ ਹੈ, ਘੋੜੇ ਚੁੱਕ ਗਏ ਸੋ। ਅੱਲਾ ਜਾਣਦਾ ਸਾਡੀ ਦਿਲਬਰ ਮੁੱਖ ਨੂੰ, ਤੁਹਾਡੀ ਕੁੱਕ ਘੋੜੇ ਕੋਲੋਂ 10 ਹੱਥ ਅੱਗੇ ਗਈ। ਵੈਸੇ ਤੁਸੀਂ ਸਾਡੇ ਨਜ਼ਰੀਏ ਦਾ ਨਾ ਨੀ ਪਾਲਿਆ, ਖੁਸ਼ ਰਹੋ, ਸੁਖੀ ਰਹੋ, ਅਸੀਂ ਜਾ ਰਹੇ ਗਿਆ ਤੇ ਮੁੱਕ ਨਹੀਂ ਆਵਾਂਗੇ, ਨਹੀਂ ਆਵਾਂਗੇ ਮੁੱਕੇ। ਮੇਰਾ ਤੇ ਕੱਖ ਨੀ ਕਵੇਗਾ ਲਾਵਿਆ, ਮੇਰੇ ਤੇ ਖਾਨਦਾਨ ਦੀ ਇੱਜ਼ਤ ਦਾ ਸਵਾਲ ਹੈ ਪੁੱਤਰ। ਓਹੋ, ਪਰ ਬਾਦਲ ਸਾਹਿਬ ਫਿਕਰ ਨਾ ਕਰੋ, ਇਹ ਨਿਕਾਹ ਜ਼ਰੂਰ ਹੋਵੇਗਾ। ਉਹ ਪੁੱਤਰ ਤੇ ਸਾਡਾ ਨੱਸ ਗਿਆ ਨਾ, ਸਾਡਾ ਪੁੱਤਰ ਤੇ ਮੈਦਾਨ ਚ ਹੈਗਾ ਨਾ, ਕਹੋ ਤੇ ਅਸੀਂ ਨਿਕਾਹ ਪੜਾ ਲਈ। ਤੂੰ ਬੜਾ ਕਾਲਾ ਹੈ, ਕੋਈ ਤੂੰ ਆਪਣਾ ਨਿਕਾਹ ਪੜਾ ਲਿਆ, ਮੈਂ ਚੱਲਿਆ। ਹਾਂ, ਇਜਾਜ਼ਤਾਂ ਮਿਲ ਗਈਆਂ ਨੇ, ਮਾਜੀ ਸਾਹਿਬ ਸ਼ੁਰੂ ਕਰੋ। ਸਾਡਾ ਫੇੜਾ ਖਾਲੀ ਹੋ ਜਾਏਗਾ, ਘਰ ਕੀ ਇੱਜ਼ਤ ਘਰ ਮੇ ਰਹੇਗੀ, ਇਜਾਜ਼ਤ ਇਸ ਨਹੀਂ ਹੈਗਾ। ਤੈ ਕਿੱਦਾਂ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਹੈਗੀਆਂ ਲਾਵਿਆ। ਆਪਣੀ ਧੀ ਦੀ ਥਾਂ ਮੈਂ ਬਹਿ ਜਾਂਦੀ ਹੈਗੀ। ਮੈਂ ਆਖਿਆ ਵਿਆਹ ਦੀ ਵਰਦੀ ਪਾ ਦਾ, ਆ ਸ਼ੁਰੂ ਕਰੋ ਨਿਕਾਹ ਸ਼ੁਰੂ। أعوذ بالله من الشيطان الرجيم، بسم الله الرحمن الرحيم، الحمد لله رب العالمين الرحمن الرحيم. ها ها، ايه تو الٹا ہی کام ہو گیا، نہ سیج اپر میں بیٹھا تھی بیٹھ گیا تو لاویا۔ میں کہا کوئی نہیں، اکو ہی گل ہے، دودھ مینوں تے پیانا سی گا، پیا میں دینی ہاں۔ ہاؤ ਲੈ ਤਾਂ ਹੀਰਿਓ, ਮੱਖਣੋ, ਮਲਾਈ ਦੇ ਡੋਨਿਓ, ਜਰਾ ਗਲਾਸ ਤਾਂ ਖਿੱਚੋ, ਨਹੀਂ ਤਾਂ ਨਾ ਸਹੀ, ਤੁਹਾਡੀ ਮਰਜ਼ੀ। ਮੈਂ ਕਿਹਾ
ਗਾਣਾ ਸੁਣਾਵਾਂ। ਚੌਦਵੀਂ ਕਾਚਾਂ ਦੀ ਹੋਇਆ ਆਬ ਤਾਬ ਹੋ, ਚੁੱਪ ਚਾਪ ਹੋ ਇਸ ਤਰ੍ਹਾਂ ਖਵਨੀ ਖਾਨਾ ਖਰਾਬ ਹੋ। ਮੈਂ ਕਿਹਾ ਪਸੰਦ ਆਇਆ? ਮੁਆਇਦਾ ਮੈਂ ਨਿਕਾਹ ਤੋਂ ਪਹਿਲਾਂ ਤਾਂ ਤਾਂ ਬੜੀਆਂ ਗੱਲਾਂ ਕਰਦਾ ਸੀਗਾ, ਹੁਣ ਕੀ ਸਭ ਸੁਣ ਗਿਆ ਸਾਰਿਆਂ ਮੇਰੇ ਪੇ ਦਿਆ? ਮੈਂ ਕਿਹਾ ਬੋਲਦਾ ਨਹੀਂ ਹੈ, ਤੂੰ ਥੱਲੇ ਖਾਣੇ ਆ ਗੂੜਾ ਪੈ ਲਵਾਉਣੇ ਆ। ਮੈਂ ਤਾਂ ਦੀਦੀ ਚੇਰ ਸਾਡਾ ਬਛੜਾ ਸੁਹਾਗ ਰਾਤ ਨਾ ਮਨਾਉਂਦਾ ਤੇ ਤੇਰਾ ਮਾਤਾ ਵੀ ਖਤਮ ਹੀ ਨਾ ਪਾਗਲ ਦਾ ਪੁੱਤ, ਨਾ ਤੈਨੂੰ ਜਦਾ ਦਾ ਵਾਰਸ ਚਾਹੀਦਾ ਕਿ ਨਹੀਂ? ਜਿਵੇਂ ਸਾਡੀ ਜਦਾਦ ਦਾ ਵਾਰਸ ਜਮ ਜਮ ਤੇ ਰੱਬ ਸਾਡੀ ਉਮਰ ਵੀ ਉਹਨੂੰ ਲਾ ਦੇਵੇ ਤੇ ਜਾਦੀ ਅਖਦੀ ਹੈਗਾ ਕਿ ਬੜੀ ਹਕੀਕਤ ਦਾ ਰੰਗ ਹੈਗੇ। ਮੈਂ ਮਾਫੀ ਚਾਹੁੰਦਾ ਦਾਦੂ ਬਾਬਾ, ਇੱਕ ਜ਼ਰੂਰੀ ਕੰਮ ਪੈ ਗਿਆ ਸੀ ਇਸ ਲਈ ਲੇਟ ਹੋ ਗਿਆ, ਮੈਂ ਸੱਲੀ ਕੋਲੋਂ ਵੀ ਮਾਫੀ ਮੰਗ ਲੈਣਾ। ਖੈਰ ਜਾ ਪੁੱਤਰ, ਤੇਰਾ ਯਾਰ ਸਾਡੇ ਨਾਲ ਸਾਰੇ ਰਿਸ਼ਤੇ ਤੋੜ ਕੇ ਤੇ ਚਲਾ ਗਿਆ। ਕੀ ਪੈ ਕਰਦੇ ਹੋ ਦਾਦੂ ਬਾਬਾ? ਕੀ ਪੈ ਕਰਨਾ ਪੁੱਤਰ, ਉਹਨੇ ਸਾਡੀ ਇੱਜ਼ਤ ਸਾਡੇ ਵਿਕਾਰ ਦਾ ਕੋਈ ਖਿਆਲ ਨਹੀਂ ਕੀਤਾ ਤੇ ਉਸ ਦੋ ਪੈਸੇ ਦੀ ਮੰਗਤੀ ਪਿੱਛੇ ਪਰ ਸਾਨੂੰ ਸਾਰਿਆਂ ਨੂੰ ਠੁਕਰਾ ਕੇ ਚਲਾ ਗਿਆ। ਉੱਥੇ ਹੀ ਗਿਆ ਹੋਣਾ, ਮੈਂ ਉਹਨੂੰ ਲੈ ਕੇ ਆਈ ਨਹੀਂ ਸਮਝੋ ਦਾਦੂ ਬਾ। ਬੜੀ ਦੇਰ ਹੋ ਗਈ ਸੀ ਕੁੱਕੜ ਸੁਰਾਂ ਨੇ ਖਾਧਾ। ਜੇ ਮੈਨੂੰ ਪਛਾਣ ਹੀ ਲਿਆਏ ਤੇ ਦੱਸ ਮੇਰਾ ਯਾਰ ਸੱਲੀ ਕਿੱਥੇ? ਉਹ ਇੱਥੇ ਨਹੀਂ ਆਇਆ ਚੋਰ ਸਾਹਿਬ। ਉਹ ਹੋਰ ਕਿਧਰੇ ਜਾ ਹੀ ਨਹੀਂ ਸਕਦਾ, ਅੱਲਾ ਪਾਕ ਦੀ ਕਿਸਮ ਉੱਥੇ ਨਹੀਂ ਆਇਆ। ਉਹ ਝੂਠ ਬੋਲਿਆ, ਉਹ ਵਿਆਹ ਦੀ ਮਹਿਫਲ ਚੋਂ ਉੱਠ ਕੇ ਆ ਰਿਹਾ। ਉਹਨੇ ਆਪਣੇ ਘਰਾਣੇ ਦੇ ਵਿਕਾਰ ਨੂੰ ਇੱਕ ਤਕੜੇ ਨਾਲ ਪਿੱਛੇ ਟੁਕਰਾ ਦਿੱਤਾ ਜੀ। ਓਏ ਕਾਲ ਦੇ ਪੱਕਿਆ ਸਜਣਾ, ਖਬਰ ਸੁਣ ਕੇ ਠੰਡ ਪੈ ਗਈ ਹੈ। ਤੂੰ ਜਦੋਂ ਗਰਨੀ ਹੈ ਦੱਸ ਮੇਰਾ ਯਾਰ ਕਿੱਥੇ ਵੇ? ਤੇ ਮੈਂ ਤੇਰੇ ਕੋਲੋਂ ਪੁੱਛਾਂਗੀ, ਇਸ ਲਈ ਕਿ ਜੇ ਉਹ ਤੇਰਾ ਯਾਰ ਹੁੰਦਾ ਤੇ ਤੇਰੇ ਕੋਲ ਹੁੰਦਾ। ਹੁਣ ਮੈਨੂੰ ਦੱਸ ਮੇਰਾ ਪਿਆਰ ਕਿੱਥੇ? ਵਾਹ ਚਲਾਕ ਮੁਟਿਆਰੇ, ਮੇਰੇ ਯਾਰ ਨੂੰ ਜਾਦੂ ਟੋਨੇ ਨਾਲ ਬੁਲਾ ਵੀ ਲੈਣੀ ਹੈ ਤੇ ਫਿਰ ਪੁੱਛਣੀ ਵੀ ਮੇਰੇ ਕੋਲੋਂ ਹੈ। ਇਸ ਲਈ ਪੁੱਛਿਆ, ਜਿਸ ਦਿਨ ਉਹਨੂੰ ਤੇਰੇ ਨਾਲ ਪਹਿਲੀ ਵਾਰ ਵੇਖਿਆ ਉਹਨੇ ਸਾਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ। ਤੇਰੇ ਮਿਲਣ ਦੀ ਖੁਸ਼ੀ 'ਚ ਜਸ਼ਨ ਹੋਇਆ, ਉੱਥੋਂ ਸਾਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਨਿਕਾਹ ਤੇਰੀ ਮਰਜ਼ੀ ਤੋਂ ਬਗੈਰ ਹੋਇਆ, ਇਸ ਲਈ ਬਸਤੀ ਚ ਲੱਭਣ ਲਈ ਆ ਗਿਆ। ਬਹੁਤੀਆਂ ਗੱਲਾਂ ਨਾ ਕਰ, ਮੇਰਾ ਯਾਰ ਮੈਨੂੰ ਚਾਹੀਦਾ। ਮੈਂ ਆਪ ਤੇਰੇ ਨਾਲ ਬਹੁਤੀਆਂ ਗੱਲਾਂ ਨਹੀਂ ਕਰਨਾ ਚਾਹੁੰਦੀ, ਮੇਰਾ ਪਿਆਰ ਕਿੱਥੇ ਹੈ? ਉਹ ਕੀ ਪੇ ਕਰਨੀ ਹੈ ਮਖਣੋ, ਕਾਲੂ ਭਲਵਾਨ ਦੇ ਸਾਹਮਣੇ ਸ਼ਹਿਰ ਦਾ ਵੱਡੇ ਤੋਂ ਵੱਡਾ ਬਦਮਾਸ਼ ਨਹੀਂ ਚੁੱਕ ਸਕਦਾ। ਸੱਚੇ ਪਿਆਰ ਦੇ ਸਾਹਮਣੇ ਤਾਕਤ ਵਕਾਰ ਜਦੋਂ ਵੀ ਕਾਲੂ ਬਹਾਦਰ ਦੇ ਰੂਪ ਵਿੱਚ ਆਇਆ, ਪਿਆਰ ਨੇ ਉਹਦੇ ਨਾਲ ਟੱਕਰ ਜ਼ਰੂਰ ਲਈ ਹੈ। ਔਰਤ ਤੇ ਹੱਥ ਚੁੱਕਣਾ ਮੈਂ ਆਪਣੀ ਤੌਹੀਨ ਸਮਝਣਾ। ਓਏ ਫੱਜੂ, ਜੇ ਤੁਸੀਂ ਸੱਲੀ ਨੂੰ ਪਲਾ ਦੇਣ ਦੀ ਕੋਸ਼ਿਸ਼ ਕੀਤੀ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਮਾਰ ਦਿਆਂਗਾ। ਉਹ ਤੇਰੀ ਮੱਤ ਮਾਰੀ ਗਈ ਮਖਣੋ, ਤੈਨੂੰ ਨਹੀਂ ਪਤਾ ਤੂੰ ਕਿਹਨਾਂ ਨੂੰ ਮੱਥੇ ਲਾ ਬੈਠੀ ਹੈ। ਪਗਲੇ ਅਜਾ, ਮਖਣੋ ਹਲੀ ਟਿਕਰ ਵਾਲੇ ਘਰ ਨਹੀਂ ਗਈ। ਜੇ ਮਖਣੋ ਇੰਜੀ ਕਰਦੀ ਰਹੀ ਤੇ ਮੈਂ ਕਹਿੰਦਾ ਸਾਡੇ ਡੇਰੇ ਦਾ ਖਰਚ ਕਿਸਨਾ ਚੱਲੇਗਾ। ਜਿਹੜੇ ਪਿਆਰ ਨੇ ਉਹਨੂੰ ਸਿਰ ਤੇ ਚੜਾ ਦਿੱਤਾ। ਮੈਂ ਪਿਆਰ ਨਾਲ ਉਹਨੂੰ ਸਾਰੀਆਂ ਗੱਲਾਂ ਸਮਝਾ ਦੇਵਾਂਗੀ, ਤੂੰ ਤੇ ਐਵੇਂ ਗਰਮ ਹੁੰਦਾ ਰਹਿਣਾ। ਜੇ ਤੂੰ ਨਾ ਸਮਝਾ ਸਕੀ ਤੇ ਕੋਈ ਗੱਲ ਨਹੀਂ, ਖੱਡੂ ਆਪ ਆ ਕੇ ਉਹਨੂੰ ਸਮਝਾ ਲੇਗਾ। ਤੇ ਨਾਲੇ ਕਾਲੂ ਵੀ ਸਾਨੂੰ ਤੜੀ ਦੇ ਗਿਆ ਕਿ ਜੇ ਅਸੀਂ ਸੱਲੀ ਨੂੰ ਆਪਣੇ ਡੇਰੇ ਤੇ ਬਣਾ ਦਿੱਤੀ ਤੇ ਉਹ ਸਾਡੇ ਡੇਰੇ ਨੂੰ ਸਾੜ ਕੇ ਸਵਾਹ ਕਰ ਦੇਗਾ। ਕੀ ਸਾਜ਼ਿਸ਼ ਕਰ ਰਿਹਾ ਸਾਡੇ ਯਾਰ ਦੇ ਖਿਲਾਫ? ਸੱਲੀ ਸੱਲੀ, ਉਹ ਜੋਰਾ ਜੀ ਕੇ ਹੋਏ ਹੁਣ ਨੀ ਗੀ ਤੂੰ ਕੱਲੀ, ਅੱਗੇ ਬੋਲ, ਕਾਲੂ ਕੋਲੋਂ ਡਰ ਗਈ ਹੈ? ਨਹੀਂ ਸੱਲੀ, ਡਰ ਤੇ ਉਹਨਾਂ ਲੋਕਾਂ ਕੋਲੋਂ ਆਉਂਦਾ ਹੈ ਜਿਨ੍ਹਾਂ ਨੇ ਤੇਰੇ ਘਰ 'ਚ ਮੈਨੂੰ ਆਖਿਆ ਸੀ। ਇਹ ਮੁਟਿਆਰ ਘਰ ਘਰ ਗਲੀ ਗਲੀ ਘੁੰਗਰੂ ਬਣ ਕੇ ਨੱਚਣ ਵਾਲੀ ਹੈ, ਕੰਜਰਾਂ ਨਾਲੋਂ ਵੀ ਨੀਚ ਹੈ।
ਕੰਜਰਾ ਦਾ ਕੋਈ ਠਿਕਾਣਾ ਹੁੰਦਾ ਪਰ ਇਹਦਾ ਕੋਈ ਠਿਕਾਣਾ ਨਹੀਂ। ਉਹ ਬਾਉ ਜੀ ਅਸੀਂ ਵੀ ਉਸੇ ਗੱਲ ਦੀ ਕਸਮ ਖਾਧੀ ਹੋਈ ਹੈ। ਅਸੀਂ ਉਹਨਾਂ ਦਾ ਟਿਕਾਣਾ ਹੀ ਛੱਡ ਕੇ ਆ ਗਏ ਜੇ ਛੱਡ ਕੇ ਟਿਕਾਣਾ। ਟਿਕਾਣਾ ਛੱਡਣ ਨਾਲ ਗੱਲ ਨਹੀਂ ਖਤਮ ਹੁੰਦੀ ਸੱਲੀ। ਤੁਸੀਂ ਹੁਕਮ ਤਾਂ ਕਰੋ ਵੱਡਿਓ, ਅਸੀਂ ਮਖਨੋ ਜਾਣ ਲਈ ਆਪਣੀ ਗਰਦਨ ਲਵਾਉਣ ਲਈ ਤਿਆਰ ਹੈ। ਬਲੀਏ ਅਸੀਂ ਤੇ ਆ ਗਏ ਤੁਹਾਡੇ ਜੇ ਹੋ ਕੇ ਬਿਲਕੁਲ ਤੁਹਾਡੇ ਜੇ। ਨਹੀਂ ਸੱਲੀ, ਤੂੰ ਅਜੇ ਮੇਰੇ ਜਿਹਾ ਨਹੀਂ ਹੋਇਆ। ਜੇ ਤੈਨੂੰ ਮੇਰੇ ਨਾਲ ਪਿਆਰ ਹੈ ਤੇ ਤੈਨੂੰ ਮੇਰੇ ਨਾਲ ਚੱਲ ਕੇ ਉਹਨਾਂ ਦੇ ਸਾਹਮਣੇ ਇਹ ਕਹਿਣਾ ਪਵੇਗਾ ਕਿ ਤੂੰ ਉਹਨਾਂ ਦਾ ਨਹੀਂ ਮੇਰੇ ਨਾਲ ਪਿਆਰ ਕਰਨਾ ਹੈ। ਓ ਭਾਈ, ਉਹ ਜੇ ਸਾਡੇ ਕੋਲ ਤੇਰੇ ਪਿਆਰ ਬਿਨਾਂ ਪੁੱਜੇਗਾ ਤੇ ਸਾਨੂੰ ਤਨ ਤਨ ਕੀੜੇ ਪੈਣ, ਉਹ ਲੱਖਾਂ ਮਨ ਕੀੜੇ ਪੈਣ। ਉਹ ਜੇ ਫਿਰ ਵੀ ਯਕੀਨ ਨਹੀਂ ਆਉਂਦਾ ਤੇ ਵੇਖ ਲਵੀ ਅਜ਼ਮਾ ਕੇ ਗੋਰੀਏ, ਵੇਖ ਲਵੀ ਅਜ਼ਮਾ ਜ਼ਰੂਰ ਅਜ਼ਮਾਵਾਂਗੀ। ਬਾਸੀ ਸ਼ੱਕੜ, ਸਾਨੂੰ ਹਰ ਮੋੜ ਤੇ ਨਾ ਟੱਕੜ, ਅਸੀਂ ਵੀ ਦੋ ਚਾਰ ਪੰਜ ਦਸ ਕਣਕ ਦੀਆਂ ਰੋਟੀਆਂ ਖਾਂਦੇ ਹਾਂ। ਮੈਨੂੰ ਤਾਂ ਲੱਗਦਾ ਤੂੰ ਇੱਕ ਵੀ ਨਹੀਂ ਖਾਂਦਾ। ਜਿੰਨੀਆਂ ਗੱਲਾਂ ਤੂੰ ਵਿਆਹ ਤੋਂ ਪਹਿਲਾਂ ਕਰਦਾ ਸੀਗਾ ਨਾ, ਹਾਏ ਹਾਏ, ਵਿਆਹ ਬਾਅਦ ਅੱਧੀਆਂ ਵੀ ਗੱਲਾਂ ਕਰਦਾ ਨਾ ਲਾਵਿਆ। ਮੈਂ ਤੇਰੇ ਪਿਓ ਨੂੰ ਪੋਤਾ ਦੇ ਦੇਣਾ ਸੀਗਾ। ਓ ਹਟੜੋ, ਮੈਂ ਕਿਹਾ ਇੱਧਰ ਤਾਂ ਹੂੰ, ਡਰਨਾ ਕਾਹਦੇ ਲਈ ਮੇਰੇ ਤੋਂ ਲਾਵਿਆ। ਮੈਂ ਤੇਰੀਆਂ ਦੰਦੀਆਂ ਤੇ ਨਹੀਂ ਕੱਢਣ ਲੱਗੀ, ਜੇ ਸਿਹਤ ਵੱਲੋਂ ਹੱਥ ਆ ਗਿਆ ਤਾਂ ਕਿਸੇ ਹਕੀਮ ਨੂੰ ਵਿਖਾ। ਹਕੀਮ ਨੂੰ ਕੀ ਵਿਖਾਣਾ ਮਾਤਾ, ਸੱਚ ਪੁੱਛਣੀ ਤੇ ਸਾਡਾ ਹਕੀਮ ਤੇ ਸਾਡਾ ਪੁੱਤਰ। ਇਸ਼ਕ ਦੀ ਸੋਹਣੀ ਮੌਜ ਬਹਾਰ, ਨੱਚਦਾ ਇਸ਼ਕ ਨਚਾਵੇ ਯਾਰ। ਇਸ਼ਕ ਦੀ ਸੋਹਣੀ ਮੌਜ ਬਹਾਰ, ਨੱਚਦਾ ਇਸ਼ਕ ਨਚਾਵੇ ਯਾਰ। ਜਿੱਧਰ ਤੂੰ ਟੋਰੇ ਮੈਂ ਤੁਰਨਾ, ਜਿੱਧਰ ਤੂੰ ਟੋਰੇ ਮੈਂ ਤੁਰਨਾ, ਮੇਰੀ ਤੇਰੇ ਹੱਥ ਮੁਹਾਰ। ਇਸ਼ਕ ਦੀ ਸੋਹਣੀ ਮੌਜ ਬਹਾਰ, ਨੱਚਕ ਨਚਾਵੇ ਯਾਰ। ਹੋਰ ਕਿਸੇ ਵੱਲ ਤੱਕਾਂ, ਮੈਂ ਜੇ ਹੋਰ ਕਿਸੇ ਵੱਲ ਤੱਕਾਂ, ਸ਼ਾਲਾ ਮੇਰੀਆਂ ਰਹਿਣ ਨਾ ਅੱਖਾਂ। ਤੈਨੂੰ ਯਾਰ ਖੁਦਾ ਤੋਂ ਮੰਗ ਕੇ, ਤੈਨੂੰ ਯਾਰ ਖੁਦਾ ਤੋਂ ਮੰਗ ਕੇ, ਕੁਝ ਨਹੀਂ ਮੰਗਣਾ ਤੂੰ ਜੀਵਾਰ। ਇਸ਼ਕ ਦੀ ਸੋਹਣੀ ਮੌਜ ਬਹਾਰ, ਨੱਚਦਾ ਇਸ਼ਕ ਨਚਾਵੇ ਯਾਰ। ਸੂਰਤ ਪਿਆਰ ਸਿਖਾਇਆ,
बिना सौ रब दी तेरे प्यार बिना सौ रब दी कोई नहीं मेरा रिश्तेदार इश्क दी सोनी मौज बहार नचदा इश्क नचावे अपने रंग विच रंग दे सोने बहुते उम्र न मंग दे तू अगे मैं पीछे तेरे तू अगे मैं पीछे तेरे ले चल सत समंदर पार इश्क दी सोने मौज बहार नचदा इश्क नचावे यार जिधर तू टोरे मैं टुरना जिधर तू टोरे मैं टुरना मेरी तेरे हाथ मुहार इश्क दी सोने मौज बहार नचदा इश्क नचावे यार मंगती चार बड़ा के पुत्र तिनी मिट्टी पत्थर और नहर कट वाले बंदे है हाफिज खुदा तुम्हारा दस असी अजमैश पूरे उतरे हैं कि नहीं उस संदीय सरकार इस वेले तू अजमैश दिया सारिया हदा टप के मेरिया सोचा तो भी सोना लगन लग पे हूं अगे अगे तू ते पीछे पीछे मैं सच चला रहा चलिए देखे ना रानी कोने का एवं जरा वैसे हुक्म कर सकिया एक ममता तेरे द्वारे ते कुछ मंगन आया है ते तू बंदूक फड़ के आ गया तू चुप कर कुड़िए मैं तेरी जात बात जानना मैं तेरे नाल ही ओने गड़ करना आया ठीक है ते फिर आज मैं तेनु एदी जात ते औकात दस देनी हां सुनिया ना बुजुर्गा औकात एदी जत्थी है छन 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 इश्क एदी जात है ते विरसा एदा मेरा प्यार है जे गोलियां चलान आया है बुजुर्गा ते एना सोच के चलाई मरांगी मैं ते जान एदी निकल जाएगी मेरे नाल अपनी जुबान च गल कर ओए इस नीच दे इशारियां ते लग गया इश्क दे सोहणी मौज बहार नचता इश्क नचावे यार कड्डू से आया फिर नहीं कने दसो साढ़े दुश्मन के जान पुत्र पता लगेगा जो अभी जिलों मार आ रहे हैं नहीं कड्डू नहीं असि कालू कनों कन खबर नहीं होती थी खबर होनी चाहिए जब उन्होंने खबर हुई थी तो तेन कतल करने ले जेल आ गया थी ओए दुख तो इस गल के जेल चौदह साढ़े ना टाकरा ही नहीं आया टाकरा ची हो जाएगा गुलाम जी ओए जे टाकरा हो जाए तो बाहर का पानी पीना साढ़े लिए हलाल हो जाए जवान का पुत्र है तदे प्यो नाल मुकाबला हाली तक नहीं पुलिया ये नाल दो हाथ हो जाए ते भी साल किसे होर नू अपने सामने खलोन नहीं देंगा ते फिर छेती मिल दी चलो फलान जी मैं ते उस माई ने कुड़ी नू भन्ने खां दे पुत्र नाल ढो देना जी दुश्मनों के दोवें खानदान मुका देंगा आओ
दुश्मनों ने इंतजार सी ना ते आज मैं उस इंतजार दिया कड़िया मुका देंगा। सुना है मैं पहले भी तेरे प्यो फने खान कतल करना सी वो इसलिए कि वो मेरे साधु भरा का कतल सी पर मारिया मेरे हथों चंगेर आ गया थने खादे थे हथ पता नहीं कदों पहनगे पहले तू तो वो पुत्र निबल मैं मरण की सौ खादी बदमाशा पहले मैनू कतल कर। तेनू कतल नहीं तेरे शादी करांगा पहला कतल तेरे भरा कालू दा होवेगा। आहो जेड़ा मेरा पता पूछण लई जेल पहुंच गया सी ते फिर इनू मारांगा जिदे घर तू पहुंच गई सी आज मैं अपने भरा के कातलों का लहू पियावांगा उस थान जिते मेरे भरा फने खाने कतल किया उस वेले मैं जेल च सा रजो तू भूल गई सा रजो मैं तेरे को अमानत छड़ के गया सा ते कह गया सा वो कमाई तेरी ते मैं सजा कट के आवांगा ते मटियार मेरी मैं तेरी अमानत नु मां बन के पालिया खटू ते याद रख घर पाल के बकरे दी कुर्बानी देने आसी लोग ते ओदी गर्दन ते भी छुरी फेरन लग्या घर वाले या अखा चा थ्रू आ जांदे ने तू जाने की है फज्जू नु कह मेरी तीनू छड दवे ते जे ओ ना छड़े ते फेर फिर मैं रजो मेरी प्यारी रजो जैसे कहो चांदी वाले मेरे को लेना वक्त नहीं मैं कारण सिर से कद जाके मारना चाहना चलो मेरा खानदानी दुश्मन कालू बदमाश कितने में मैं इंज लगता तेन अपनी जिंदगी प्यारी नहीं और जिंदगी चल ते कालू का पता दस दे मैं दसांगी तेरे खून का पैसा कालू कितने तू क्यों गोली चलानी है रानिए तू पहले भी मेरी से देख ले चमक चलो तू ए नाज कथा न गोली चलाई है सानू कुछ भी नहीं होया हूं असी गोली चलावांगे ते तू वेखेंगी होंदा की है चल खड्डू वो कमीना इधर पीछे जरूर आएगा तो ठीक आख्या चांदी वाला मेरी शनाख्त ना ही करे ते चंगी गल ही है बुढ़िया अपने पुत्र नु बुलाए सामने आ जाए तो शनाख्त मैं करा देंगा। और तू की शनाख्त करा रही है अपनी और असी ते घोड़े की तौर वेख के ते पछाण लईदा के केड़ी नस्ल का जानवर है क्यों मैं दसा फिर तू भी जानदा होवेगा लावे
जिन्हें साडे नाल मत्था लाया उहदी मां ने भी बहण ही पाए ने। ओए असीं वी आ जवान आ, वादा साहब दी बतावा जिन्हें साडे नाल भी मत्था लाया ना, ओए उहदे प्यू ने ही बहण पाया। ओए तुसां तूं तां भरा हैगा ना, ओ खड्डू। मेरी शनाख्त कर ली है लावे, पर तेरी शनाख्त तेरे जमण वाले नूं ही नहीं करन देंगा। ओए तेरी लाश नूं कोई चुकण वाला नहीं होवेगा, नस्ल मुका देंगा। जिन्हें साडे नाल मत्था लाया ओदी मां ने भी वहण ही पाए ने। चलो शीदे कह एहो ही वेला कम दहांदा, कल बुलाउण दसीए। लावे पुत्र साडा वेला पूरा हो गया, जे बचा सकना ते साडे तोते नूं बचा लै, नहीं ते याद रख दाता दी नगरी भी साडा ना लैण वाला कोई नहीं होवेगा। अल्लाह पाक दी कसम, इस घर की दूजी कबर बनेगी ते तुहाडे पुत्र दी बनेगी, तुहाडे पोतरे दी नहीं। लावे कलमा शहादत आ, कलमा शहादत। साडे घर की छत दिख पई है, और अज तुहाडा लावा सिरों नंगा हो गया, और सिरों नंगा हो गया। हुण ते साडे घर विच कोई दुआ मंगण वाले भी हाथ नहीं रहा। देख लै साधू, मैं तेरे दुश्मन दे पुत्र दा खून ऐसे थान पिया दिता ते हुण हुण तेरे दुश्मन दा इंतजार है, ओ आवे ते ऐसे थान ओदे खून नाल तेरी कबर नूं रंग देंगा साधू। ओए जिन्हें साडे नाल मत्था लाया पुत्रा, ओदी मां ने वैण ही पाए ने। जिन्हें साडे बादल साहब नाल मत्था लाया सी ओदी बेबे ने भी वैण ही पाए सन, ते हुण साडी वारी आई है, ते बदो तैनू कबर विच ही पुजावांगे। चेहरे बदले कोई जान चाहिए खटू, ते मेरी जान है पर इहनूं छड्ड। जे नु बचाना चाहती हो ते फिर नचो नी, जिन्नी देर तुम्हें नचदिया रहोगिया मैं वादा करना एनू गोली नहीं मारांगा, एनू गोली ओदो मारांगा जदों दुआ दे कदम रुक जाणगे। नचो नी। जो दुलताए थे मजदूर मादा तू
और आज मेरे इंतकाम की ईद हो गई है और मेरे सारे दुश्मन मेरे घेरे चौंधे जा रहे हैं। मेरा भरा साधु जड़ी कहानी अधूरी छट गया थी और आज उन्होंने मैं पूरा कर देंगा। कहानी तेरे चोर शराबी नहीं इंतकाम में मेरे खेल प्योदा आज एक पुत्र अपने प्योदा इंतकाम ले आए सब दुश्मना उन तो अपना सिर खुदा इस नहीं लुका सकेगा। मैं फिर ही फेंक जाऊंगा बस मेरी बहन किसे तेरी बहन ओ सुने मक्खन खलोती हुई है मेरी बहन तो झूठ बोल रहे आप बात कर रहे वीरा मैं तेरी बहन दादा मैंने चुके ले गया थी तो अपने खून क्यों नहीं बचाता कतल करके तेरे लौती मेहंदी बनके अपने हाथों से लावांगा ते मक्खना नु अपनी रन बनावांगा रन अपनी मौत तो पहला मेरी गोली नो दा मुंह आवे जिनू चल भी अगोरी जाने वजन दी जाते साधु का जनादा चुकाया सी असी अगे बढ़ लगे बचो तैयार चाली अस नहीं गए इस मैदान में शिकस्त नहीं होनी चाहिए तेनों कसमी को घोरे की आज अज प्यो का ना रोशन कर दे तोड़ सुट रहे संजीर तोड़ दे
ਦੇ ਕਰਨਾਲ ਦੇ ਕਿੱਡੇ ਕਰਕੇ ਤੂੰ ਇਸ ਦੁਨੀਆ ਤੇ ਨਹੀਂ ਗਾ। ਇਸ ਦੁਨੀਆ ਤੋਂ ਜਾਣ ਤੋਂ ਪਹਿਲਾਂ ਇਹਨਾਂ ਕੋਲ ਪਿੱਛੇ ਆਉਂਦਾ ਜਾ ਕੇ ਤੂੰ ਉਸੇ ਥਾਂ ਤੇ ਪਹੁੰਚੇ ਜਿੱਥੇ ਮੇਰੇ ਵਾਲਾ ਸਾਹਿਬ ਨੇ ਸਾਧੂ ਨੂੰ ਮਾਰਿਆ ਸੀ ਤੇ ਹੁਣ ਉਸੇ ਥਾਂ ਤੇ ਉਹਦਾ ਪੁੱਤਰ ਖਰਚੂ ਨੂੰ ਮਾਰੀ ਗਈ। ਹੱਥ ਰੱਖੋ ਉਸ ਥਾਂ ਤੇ ਜਿੱਥੇ ਤੂੰ ਮੇਰੇ ਵਾਲਦ ਸਾਹਿਬ ਨੂੰ ਗੋਲੀਆਂ ਮਾਰੀਆਂ ਸਨ। ਬਾਕੀ ਹੈਗੇ ਨੇ ਤੇ ਅੱਖਾਂ ਖੋਲ ਕੇ ਵੇਖੋ ਚਾਲੀ ਅਕਸ ਨਹੀਂ ਹੈਗੇ ਪੁੱਤਰ ਪੰਨੇ ਖਾਂ ਦਾ ਹੀ। ਤੁਹਾਡੇ ਕਾਤਲ ਦੀ ਖਬਰ ਤੁਹਾਡੇ ਤੋਂ ਪਹਿਲਾਂ ਬਣਾ ਦਿੱਤੀ ਹੋ ਵਾਰਸ ਹੈ ਅੱਖਾਂ ਖੋਲੋ ਵਾਰਸ ਹੈ ਸਾਡਾ ਦਮ ਬਰਾਬਰ ਹੋਵੇ ਅੱਖਾਂ ਖੋਲ ਕੇ ਅਸਲੀ ਪੁੱਤਰ ਜੀ ਬਸੀ ਗੱਲ ਸੁਣ ਲਿਆ ਪੁੱਤਰ ਪੰਨੇ ਖਾਂ ਦਾ ਹੁਣ ਦੇਣ ਦੀ ਵਾਰੀ ਸਾਡੀ ਉਪਜਾ ਚਿੰਗੜੀਏ ਦੇ ਪੁੱਤਰ ਨੂੰ ਆਪਣੇ ਜਿਸਮ ਦਾ ਤੁਸੀਂ ਫਿਕਰ ਹੀ ਨਾ ਕਰੋ ਵਾਲਦ ਸਾਹਿਬ ਚਿੰਗੜੀਏ ਦਾ ਪੁੱਤਰ ਦੇਖੀ ਅਸੀਂ ਪਦ ਵੀ ਨਹੀਂ ਬਦਲ ਦੇਣਾ ਮੌਤ ਦਾ ਫਰਿਸ਼ਤਾ ਤੁਹਾਡੇ ਲਾਇਆ ਬਿਲਕੁਲ ਠੀਕ ਹਾਂ ਬਿਲਕੁਲ ਠੀਕ ਹਾਂ। ਪਿਆਰ